ਦੇਖ ਫਿਲਮਾਂ ਦੇ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੂੰ ਕਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੂੰ ਕਾਲੀ ਖੱਬੇ ਮੋੜ ਤੇ ਕਚਹਿਰੀ ਸੱਜੇ ਮੋੜ ਤੇ ਥਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਨੰਬਰ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਗੁਰਦਾਸ ਮਾਨ ਸਾਹਿਬ ਹੋਰਾਂ ਦਾ ਗੀਤ ਨੇ ਜਿਹੜੇ ਅਕਸਰ ਹਰ ਪੰਜਾਬੀ ਨੇ ਸੁਣੇ ਨੇ ਅਤੇ ਕਿੰਨੇ ਚਿਰਾਂ ਤੋਂ ਅਸੀਂ ਉਹਨਾਂ ਨੂੰ ਸੁਣਦੇ ਆ ਰਹੇ ਹਾਂ। ਉਹਨਾਂ ਦੇ ਕੁਝ ਗੀਤ ਨੇ ਜਿਹੜੇ ਅੱਜ ਮੈਨੂੰ ਇਸ ਮਾਹੌਲ ਦੇ ਵਿੱਚ ਬਹਿ ਕੇ ਖਾਸ ਤੌਰ 'ਤੇ ਚੇਤੇ ਆ ਰਹੇ ਨੇ, ਜਿੱਦਾਂ ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ, ਅਤੇ ਉਹਨਾਂ ਦਾ ਹੀ ਇੱਕ ਗੀਤ ਹੈ ਕਿ ਦਿਲ ਹੋਣਾ ਚਾਹੀਦਾ ਜਵਾਨ ਕਿ ਉਮਰਾਂ 'ਚ ਕੀ ਰੱਖਿਆ। ਅੱਜ ਅਸੀਂ ਪਹੁੰਚੇ ਹੋਏ ਹਾਂ ਪਾਲੀਆ ਕਲਾਂ ਪਿੰਡ ਦੇ ਵਿੱਚ, ਅਤੇ ਇਸੇ ਪਿੰਡ ਦੇ ਇੱਕ ਬਜ਼ੁਰਗ ਨੇ ਮੇਵਾ ਸਿੰਘ, ਵੈਸੇ ਤਾਂ ਪਿਛਲੇ ਇੱਕ ਸਾਲ ਤੋਂ ਉਹ ਯੂਟਿਊਬ 'ਤੇ ਫੇਸਬੁੱਕ ਉੱਪਰ ਐਕਟਿਵ ਨੇ, ਮੋਬਾਈਲ ਰਾਹੀਂ ਗੀਤ ਰਿਕਾਰਡ ਕਰਕੇ, ਲੋਕ ਤੱਥ ਰਿਕਾਰਡ ਕਰਕੇ ਜਾਂ ਫਿਰ ਕਿੱਸੇ ਕਹਾਣੀਆਂ ਰਿਕਾਰਡ ਕਰਕੇ ਉਹ ਤੁਹਾਡੇ ਰੂਬਰੂ ਕਰਦੇ ਆਏ ਨੇ। ਅਤੇ ਓਫੀਸ਼ੀਅਲੀ ਉਹਨਾਂ ਦਾ ਥੋੜ੍ਹੀ ਦੇਰ ਪਹਿਲਾਂ ਇੱਕ ਗਾਣਾ ਰਿਲੀਜ਼ ਹੋਇਆ ਸੀ ਝੂਲ ਦੇ ਸ਼ਰਾਬੀ, ਸੋ ਉਸ ਗੀਤ ਨੂੰ ਸੁਣ ਕੇ ਅਸੀਂ ਵੀ ਉਹਨਾਂ ਦੇ ਅੱਜ ਪਿੰਡ ਪਹੁੰਚੇ ਹਾਂ ਉਹਨਾਂ ਦੇ ਦਰਸ਼ਨ ਕਰਨ ਦੇ ਲਈ। ਆਓ ਤੁਹਾਨੂੰ ਵੀ ਉਹਨਾਂ ਦੇ ਦਰਸ਼ਨ ਕਰਾਉਂਦੇ ਹਾਂ ਬਜ਼ੁਰਗਾਂ ਦੇ। ਸਤਿ ਸ਼੍ਰੀ ਅਕਾਲ ਬਾਬੇ। ਸਾਡੇ ਬਹੁਤ ਸਾਰੇ ਦੋਸਤ ਮਿੱਤਰ ਇਸ ਵੇਲੇ ਤੁਹਾਨੂੰ ਨਿਊਜ਼ ਨੰਬਰ ਚੈਨਲ 'ਤੇ ਦੇਖ ਰਹੇ ਨੇਗੇ, ਉਹਨਾਂ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਬਹੁਤ ਚੰਗਾ ਲੱਗਿਆ, ਇਹ ਅਸੀਂ ਇਹਨਾਂ ਦੇ ਖੇਤਾਂ ਦੇ ਵਿੱਚ ਇਹਨਾਂ ਦੀ ਮੋਟਰ 'ਤੇ ਮੰਜੇ 'ਤੇ ਬੈਠੇ ਹਾਂ। ਅੱਜ ਇਹਨਾਂ ਬਜ਼ੁਰਗਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਆਖਿਰ ਕੀ ਲੋੜ ਹੋ ਗਈ ਸੀਗੀ, ਕਿਉਂਕਿ ਸ਼ੌਂਕ ਆ ਜਿਹੜਾ ਉਹ ਮੈਨੂੰ ਯਕੀਨ ਨਾਲ ਮੈਂ ਕਹਿ ਸਕਦੀ ਹਾਂ ਕਿ ਅੱਜ ਇਸ ਉਮਰ ਦੇ ਵਿੱਚ ਆ ਕੇ ਤਾਂ ਉਹਨਾਂ ਨੂੰ ਨਹੀਂ ਉੱਠਿਆ ਹੋਣਾ, ਉਹ ਕਿਤੇ ਨਾ ਕਿਤੇ ਉਹਨਾਂ ਦੇ ਜਵਾਨੀ ਜਾਂ ਫਿਰ ਉਹਨਾਂ ਦੇ ਬਚਪਨ ਦੇ ਦਿਨਾਂ ਦੇ ਨਾਲ ਜੁੜਿਆ ਹੋਣਾ। ਪਰ ਕੀ ਲੋੜ ਪੈ ਗਈ ਸੀ ਕਿ ਹੁਣ ਆ ਕੇ ਉਹਨਾਂ ਨੇ ਆਪਣਾ ਜਿਹੜਾ ਗਾਣਾ ਰਿਲੀਜ਼ ਕੀਤਾ ਆ, ਉਹ ਵੀ ਇੱਕ ਬਹੁਤ ਵੱਡੇ ਸੋਸ਼ਲ ਮੈਸੇਜ ਦੇ ਨਾਲ। ਬਾਬੀ, ਪਹਿਲਾਂ ਤਾਂ ਸਾਨੂੰ ਤੁਸੀਂ ਆਪਣੇ ਪਿੰਡ ਬਾਰੇ ਦੱਸੋ, ਇਸ ਪਿੰਡ ਬਾਰੇ। ਜੀ, ਮੇਰਾ ਪਿੰਡ ਮੇਰਾ ਬਾਲੀ ਹੈ, ਇੱਥੇ ਹੀ ਖੇਡੇ ਪਲੇ, ਬਸ ਇੱਥੋਂ ਹੀ ਗਾਉਣ ਸ਼ੁਰੂ ਹੋ ਗਿਆ। ਅਤੇ ਉਸ ਤੋਂ ਬਾਅਦ ਮੈਨੂੰ ਲਗਭਗ 2007 ਦੇ ਵਿੱਚ ਬਾਈ ਹਰਪਾਲ ਸਿੰਘ ਜੀ ਸ਼ਮਲਾ ਜੀ ਦੇ ਨਾਲ ਮਿਲਣ ਦਾ ਮੌਕਾ ਮਿਲ ਗਿਆ। ਅਤੇ ਉਸ ਬਸ ਪਹਿਲਾਂ ਵੀ ਲਿਖਦੇ ਸੀ, ਅਤੇ ਮੇਰੇ ਕੋਲ ਆਉਣ ਮੇਰੇ ਨਾਲ ਜਦੋਂ ਇਹਨਾਂ ਦਾ ਮਿਲਾਪਤ ਹੈ, ਹੋਰ ਇਹਨਾਂ ਨੇ ਪਹਿਲਾਂ ਕਿੱਸੇ ਕਹਾਣੀਆਂ ਲਿਖੀਆਂ, ਬੜਾ ਕੁਛ ਲਿਖਿਆ, ਸਿੱਖ ਇਤਿਹਾਸ ਲਿਖਿਆ ਅਤੇ ਹੋਰ ਜਿਵੇਂ ਰੂਪ ਬਸੰਤ ਵਗੈਰਾ ਸਾਰਾ ਕਾਫੀ ਕੁਛ ਲਿਖਿਆ। ਅਤੇ ਉਦੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਬਦਲਦੇ ਅਤੇ ਸੱਭਿਆਚਾਰ ਵੱਲ ਨੂੰ ਆ ਗਏ ਅਤੇ ਲੋਕ ਤੱਥ ਵੱਲ ਨੂੰ ਆ ਗਏ। ਅਤੇ ਸਾਨੂੰ ਉਸ ਤੋਂ ਬਾਅਦ ਫਿਰ ਪਿਛਲੇ ਸਾਲ ਤੋਂ ਸਾਨੂੰ ਸਾਡਾ ਬੇਟਾ ਕੁਲਦੀਪ ਸਿੰਘ ਜੇਜੀਆਂ ਤੋਂ ਮਿਲ ਗਏ ਸੁਨਾਮ ਦੇ ਲਾਗਿਓ, ਅਤੇ ਉਹਨਾਂ ਨਾਲ ਮਿਲਾਪ ਹੋ ਗਿਆ ਅਤੇ ਉਹਨਾਂ ਨੇ ਸਾਨੂੰ ਫੇਸਬੁੱਕ 'ਤੇ ਲੈ ਆਉਂਦਾ। ਅਤੇ ਉਹ ਬਸ ਸਾਲ ਦੀ ਹੁਣ ਸਾਡੀ ਮਿਹਨਤ ਹੈ ਕਿ ਬਸ ਜੋ ਕੁਛ ਹੁਣ ਅੱਜ ਤੁਸੀਂ ਤੁਹਾਡੇ ਨਾਲ ਮਿਲਾਪ ਹੋਏ ਸਾਡੇ, ਅਤੇ ਬੜਾ ਚੰਗਾ ਲੱਗਦਾ ਹੈ। ਨਿਊਜ਼ ਨੰਬਰ ਨਾਲ ਤੁਹਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਕਿ ਤੁਹਾਨੂੰ ਤੁਸੀਂ ਨੇ ਮੈਨੂੰ ਖਾਸ ਕਰਕੇ ਸਾਨੂੰ ਸਾਡੀ ਕਿਸੇ ਕਲਾ ਨੂੰ ਪਰਖਿਆ ਅਤੇ ਸੋਚਿਆ ਦੇਖਿਆ ਅਤੇ ਅੱਜ ਤੁਸੀਂ ਸਾਡੇ ਪਿੰਡ ਆਇਓ, ਬੜਾ ਚੰਗਾ ਲੱਗਾ। ਨਹੀਂ, ਸਾਡੇ ਧੰਨ ਭਾਗ ਅਤੇ ਸਾਡੇ ਨਾਲ ਨਾਲ ਹੋਰ ਬਹੁਤ ਸਾਰੇ ਦਰਸ਼ਕਾਂ ਨੂੰ, ਦੋਸਤਾਂ ਮਿੱਤਰਾਂ ਨੂੰ ਮੌਕਾ ਮਿਲਿਆ ਕਿ ਉਹ ਤੁਹਾਡੇ ਦਰਸ਼ਨ ਕਰ ਪਾ ਰਹੇ ਨੇ ਅੱਜ ਨਿਊਜ਼ ਨੰਬਰ ਦੇ ਰਾਹੀਂ। ਬਾਪੂ ਜੀ, ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ, ਕਿਉਂਕਿ ਪਿਛਲੇ 40 ਸਾਲਾਂ ਤੋਂ ਤੁਸੀਂ ਕਵੀਸ਼ਰੀ ਵੀ ਗਾਉਂਦੇ ਆ ਰਹੇ ਹੋ, ਹੈ ਨਾ, ਅਤੇ ਤੁਹਾਡਾ ਬਚਪਨ ਦੇ ਦਿਨਾਂ ਨਾਲ ਸਾਡੀ ਥੋੜ੍ਹੀ ਜਾਣ ਪਛਾਣ ਕਰਾਓ ਵੀ ਤੁਹਾਡਾ ਬਚਪਨ ਕਿਹੋ ਜਿਹਾ ਸੀ, ਕਿਹੋ ਜਿਹਾ ਤੁਹਾਡੇ ਪਰਿਵਾਰ ਦਾ ਮਾਹੌਲ ਸੀਗਾ। ਪਰਿਵਾਰ ਦਾ ਮਾਹੌਲ ਇੱਦਾਂ ਸੀ ਜੀ, ਵੀ ਤੁਹਾਨੂੰ ਪਤਾ ਹੈ ਕਿ ਜੱਟਾਂ ਦੇ ਪਰਿਵਾਰ ਐਸਾ ਹੀ ਹੁੰਦਾ ਕਿ ਉਹ ਜ਼ਿਆਦਾਤਰ ਮੈਨੂੰ ਨਹੀਂ ਸੀ ਇਸ ਲਾਈਨ 'ਚ ਆਉਣਾ, ਆਉਣ ਨਹੀਂ ਸੀ ਦੇ ਰਹੇ। ਅਤੇ ਲਾਈਨ ਮੇਰੀ ਵੈਸੇ ਦੂਸਰੀ ਸੀ, ਦੂਸਰੇ ਡਿਊਟ ਗਾਉਣ ਦੀ ਪਹਿਲਾਂ ਬਣਦੀ ਸੀ, ਅਤੇ ਪਰਿਵਾਰ ਨੇ ਮੈਨੂੰ ਰੋਕ ਕੇ ਅਤੇ ਬਸ ਆਖਰ ਫੈਸਲਾ ਇਹ ਹੋਇਆ ਕਿ ਜੇ ਤੂੰ ਗਾਉਣਾ ਚਾਹੁੰਦਾ ਹੀ ਹੈ ਜਾਣ ਇਸ ਲਾਈਨ 'ਚ ਜਾਣਾ, ਅਤੇ ਇਹ ਸਾਈਡ ਜਾ ਸਕਦੇ, ਇਹ ਸਾਈਡ ਤੋਂ ਨਹੀਂ ਅਸੀਂ ਨੇ ਜਾਣ ਦੇਣਾ। ਅਤੇ ਫਿਰ ਮੈਂ ਹੌਲੀ ਹੌਲੀ ਇੱਧਰ ਆ ਗਿਆ ਅਤੇ ਬਸ ਚੱਲਦਾ ਰਿਹਾ 40 ਸਾਲ। ਤੇ ਜਿਵੇਂ ਤੁਸੀਂ ਪਿਛਲੇ 40 ਸਾਲਾਂ ਤੋਂ ਕਵਿਸ਼ਰੀ ਦੇ ਨਾਲ ਜੁੜੇ ਰਹੇ ਹੋ, ਹੈ ਨਾ, ਤੇ ਹੁਣ ਵੀ ਗਾਉਂਦੇ ਹੋਵੋਗੇ ਤੁਸੀਂ, ਪਰ ਜਿਹੜਾ ਤੁਸੀਂ ਆਪਣੀ ਸ਼ੁਰੂਆਤ ਕੀਤੀ ਆ ਉਹ ਹੈਗੀ ਲੋਕ ਤੱਥ ਜਾਂ ਦੂਜੇ ਗਾਣਿਆਂ ਦੇ ਨਾਲ ਕੀਤੀ ਆ, ਕਵਿਸ਼ਰੀ ਨੂੰ ਲੈ ਕੇ ਕਿਉਂ ਨਹੀਂ ਆਏ ਤੁਸੀਂ ਅੱਗੇ?
ਕਵਿਸ਼ਰੀ ਨੂੰ ਲੈ ਕੇ ਇੱਦਾਂ ਨਹੀਂ ਆਏ ਜੀ ਅਸੀਂ ਕਿ ਕਵਿਸ਼ਰੀ ਜੋ ਅਸੀਂ ਪ੍ਰੋਗਰਾਮ ਮੈਂ ਕਰਦਾ ਮੈਂ ਹੁਣ ਵੀ ਕਰਦਾ ਪਹਿਲਾਂ ਤੋਂ ਵੀ ਕਰਦਾ ਤੇ ਸਾਡੇ ਜਦੋਂ ਕਵਿਸ਼ਰੀ ਦੇ ਪ੍ਰੋਗਰਾਮਾਂ ਚ ਆਉਂਦੇ ਨੇ ਜ਼ਿਆਦਾਤਰ ਸਿਆਣੇ ਆਉਂਦੇ ਨੇ ਯੰਗ ਬੱਚੇ ਜਾਂ ਬੱਚੀਆਂ ਨਹੀਂ ਸੀ ਆਉਂਦੀਆਂ ਮੈਂ ਇਸ ਚੀਜ਼ ਨੂੰ ਬਹੁਤ ਫੀਲ ਕਰਦਾ ਸੀ ਕਿ ਮੈਂ ਸ਼ੁਰੂ ਤੋਂ ਹੀ ਸਮਾਜਿਕ ਸੱਭਿਆਚਾਰਕ ਕਵਿਸ਼ਰੀ ਦੇ ਨਾਲ ਨਾਲ ਗਾਣੇ ਦਿੰਦਾ ਆ ਰਿਹਾ ਸ਼ੁਰੂ ਤੋਂ ਤੇ ਉੱਥੇ ਜਦੋਂ ਯੰਗ ਬੱਚੇ ਸਾਡੇ ਪ੍ਰੋਗਰਾਮ 'ਚ ਨਹੀਂ ਹੁੰਦੇ ਬੱਚੀਆਂ ਨਹੀਂ ਹੁੰਦੇ ਤੇ ਮੈਂ ਖੁਦ ਮਹਿਸੂਸ ਕਰਦਾ ਸੀ ਵੀ ਜੋ ਬੰਦਿਆਂ ਨੂੰ ਮੈਂ ਸੁਣਾ ਰਿਹਾ ਸਿਆਣਿਆਂ ਨੂੰ ਤੇ ਇਹ ਤਾਂ ਖੁਦ ਇਸ ਚੀਜ਼ਾਂ ਤੋਂ ਜਾਣੂ ਹੈਗੇ ਨੇ ਵਿੱਚ ਰੋਹਣ ਤੇ ਜ਼ਿਆਦਾ ਲੋੜ ਨਹੀਂ ਹੈਗੀ ਤੇ ਲੋੜ ਹੈ ਸਾਨੂੰ ਸਾਡਾ ਯੂਥ ਸੰਭਾਲਣ ਦੀ ਤੇ ਉਹ ਉੱਥੇ ਹੁੰਦਾ ਨਹੀਂ ਸੀ ਤੇ ਉਸ ਕਰਕੇ ਫਿਰ ਮੈਂ ਬਾਈ ਹਰਪਾਲ ਸਿੰਘ ਸ਼ਾਮਲਾ ਜੀ ਨਾਲ ਅਸੀਂ ਬੈਠ ਕੇ ਬਣਾਇਆ ਤੇ ਇਹਨੂੰ ਕਿੱਦਾਂ ਦਿੱਤਾ ਜਾ ਸਕਦਾ ਕੁਝ ਹੁਣ ਮੈਂ ਕਵਿਸ਼ਰੀ ਦੇ ਨਾਲ ਜੇ ਮੈਂ ਕਵਿਸ਼ਰੀ ਵੀ ਕਰਦਾ ਤੇ ਨਾਲ ਨਾਲ ਮੈਂ ਉਹ ਨਾਲ ਉਹ ਵੀ ਦੇ ਰਿਹਾ ਸੱਭਿਆਚਾਰਕ ਜੋ ਸਾਡੇ ਹੁਣ ਮੈਨੂੰ ਬਹੁਤ ਨੌਜਵਾਨ ਤੇ ਬਾਹਰੋਂ NRI ਤੋਂ ਲੈ ਕੇ ਸਾਰਿਓ ਕਨੇਡਾ ਅਮਰੀਕਾ ਸਾਰਿਓ ਫੋਨ ਵਗੈਰਾ ਬਹੁਤ ਆਉਂਦੇ ਨੇ ਤੇ ਬਹੁਤ ਸਾਨੂੰ ਪਸੰਦ ਕਰਦੇ ਨੇ ਤੇ ਆ ਕੇ ਮੈਨੂੰ ਘਰ ਮਿਲ ਕੇ ਵੀ ਜਾਂਦੇ ਨੇ ਤੇ ਬਾਕੀ ਉਧਰੋਂ ਜਦੋਂ ਕੋਈ ਫੋਨ ਆਉਂਦਾ ਤਾਂ ਉਦੋਂ ਵੀ ਕਹਿੰਦੇ ਨੇ ਕਿ ਅਸੀਂ ਬਾਪੂ ਜੀ ਆਏ ਤਾਂ ਤੁਹਾਨੂੰ ਮਿਲ ਕੇ ਜਾਵਾਂਗੇ ਇੱਕ ਤੇ ਉਹ ਟਾਈਮ ਸੀਗਾ ਵੀ ਜਦੋਂ ਤੁਸੀਂ ਗਾਉਣਾ ਚਾਹੁੰਦੇ ਸੀ ਉਦੋਂ ਤੁਹਾਡਾ ਦੁਗਾਣੇ ਗੀਤਾਂ ਵੱਲ ਜ਼ਿਆਦਾ ਧਿਆਨ ਸੀਗਾ ਉਦੋਂ ਮਤਲਬ ਤੁਹਾਡੇ ਪਰਿਵਾਰ ਨੇ ਨਹੀਂ ਸਾਥ ਦਿੱਤਾ ਹੈ ਨਾ ਅਤੇ ਹੁਣ ਇੱਕ ਅੱਜ ਦਾ ਟਾਈਮ ਆ 21ਵੀਂ ਸਦੀ ਦੇ ਵਿੱਚ ਅਸੀਂ ਬੈਠੇ ਹਾਂ ਨਾ ਅਤੇ ਇਹ ਹੁੰਦਾ ਕਿ ਜਿਸ ਉਮਰ ਦੇ ਵਿੱਚ ਆ ਕੇ ਹੁਣ ਤੁਸੀਂ ਗਾਣਾ ਕੱਢਿਆ ਵਾ ਅਤੇ ਕਈ ਵਾਰ ਜਿਵੇਂ ਸਾਡੇ ਜਿਹੜੇ ਬੱਚੇ ਹੁੰਦੇ ਨੇਗੇ ਉਹ ਕਹਿਣ ਲੱਗ ਜਾਂਦੇ ਨੇ ਬਾਪੂ ਲੈ ਜਿਵੇਂ ਆਪਾਂ ਨੂੰ ਪਿੰਡ ਵਾਲਿਆਂ ਨੂੰ ਹੱਦ ਕੀ ਮਾਰ ਜਾਂਦੀ ਆ ਮਾੜਾ ਕੰਮ ਕਰਨ ਲੱਗੇ ਉਨੀ ਹੱਦ ਕੁ ਨਹੀਂ ਮਹਿਸੂਸ ਕਰਦੇ ਜਿੰਨਾ ਅਸੀਂ ਚੰਗਾ ਕੰਮ ਕਰਨ ਲੱਗਿਆਂ ਕਰਦੇ ਹਾਂ ਹੈ ਨਾ ਸੋ ਕਈ ਵਾਰ ਉਹਨਾਂ ਵੱਲੋਂ ਤੁਹਾਡੇ ਭਤੀਜੇ ਭਤੀਜਿਆਂ ਜਾਂ ਹੋਰ ਤੁਹਾਡੇ ਤੋਂ ਜਿਹੜੇ ਛੋਟੇ ਭੈਣ ਭਰਾ ਨੇ ਤੁਹਾਡੇ ਰਹੇ ਨੇ ਮੈਨੂੰ ਕਿਹਾ ਕਿ ਤੁਸੀਂ ਡਰੈਸ ਚੇਂਜ ਕਰਕੇ ਆਪਾਂ ਗਾਣਾ ਰਿਲੀਜ਼ ਕਰਨਾ ਤੁਰਲਾ ਲਾਉਣਾ ਹੈ ਤੇ ਚਾਦਰਾ ਪਾਉਣਾ ਹੈ ਡਰੈਸ ਖੁੰਡਾ ਵਗੈਰਾ ਜੋ ਵੀ ਕਰਨਾ ਮੈਂ ਖੁਦ ਮਹਿਸੂਸ ਕੀਤਾ ਮੈਂ ਬਾਈ ਹੁਣ ਇਸ ਉਮਰ ਚ ਆਪਾਂ ਕਰਨ ਵੇਲੇ ਨਹੀਂ ਹੋਇਆ ਤੇ ਹੁਣ ਨਹੀਂ ਮੈਨੂੰ ਮੈਂ ਖੁਦ ਮਹਿਸੂਸ ਕੀਤਾ ਪਰ ਚਲੋ ਇਹਨਾਂ ਦੇ ਕਹਿਣ ਤੇ ਸਾਡੀ ਉਹ ਟੀਮ ਬਾਕੀ ਉਹ ਕੰਪਨੀ ਨੇ ਮੈਨੂੰ ਕਹਿਣ ਤੇ ਮੈਂ ਕਿਹਾ ਚਲੋ ਪੰਜਾਬ ਦੀ ਸੇਵਾ ਹੈ ਯੂਥ ਨੇ ਸਾਡੇ ਜੇ ਜੁੜਦੇ ਨੇ ਸਾਨੂੰ ਸੁਣਨਾ ਚਾਹੁੰਦੇ ਹੈ ਤੇ ਕੋਈ ਗੱਲ ਨਹੀਂ ਆਪਾਂ ਫਿਰ ਇਹਨਾਂ ਦੇ ਕਹਿਣ ਤੇ ਮੈਂ ਉਹ ਵੀ ਡਰੈਸ ਬਾਬੂ ਜੀ ਲੋੜ ਸੀ ਇਸ ਟਾਈਮ ਦੀ ਜਿਹਦੇ ਵਿੱਚ ਬਹੁਤ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਦੇ ਵੀ ਕਮੈਂਟ ਆਏ ਹੋਏ ਨੇ ਤੇ ਹੁਣ ਫਿਰ ਜਿਵੇਂ ਘਰੋਂ ਤੁਹਾਨੂੰ ਕਿੱਦਾਂ ਦਾ ਮਿਲਦਾ ਵਾ ਹੰਗਾਰਾ ਘਰੋਂ ਤਾਂ ਪਰਿਵਾਰ ਨਾਲ ਤਾਂ ਪਰਿਵਾਰ ਤਾਂ ਜ਼ਿਆਦਾ ਸਹਿਮਤ ਹੁੰਦਾ ਨਹੀਂ ਖਾਸ ਕਰਕੇ ਹੁਣ ਮੇਰੇ ਨਾਲ ਮੈਂ ਖੁਦ ਆਪਣੀ ਗੱਲ ਕਰਾਂ ਤੇ ਬਹੁਤ ਜ਼ਿਆਦਾ ਨਹੀਂ ਹੈਗਾ ਤੇ ਪਰ ਫਿਰ ਵੀ ਹੁਣ ਜਦੋਂ ਮੇਰਾ ਕੋਈ ਮੇਰੇ ਫੋਨ ਆਉਂਦੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਗਾਣੇ ਆਉਂਦੇ ਸੁਣਦੇ ਰਹਿੰਦੇ ਨੇ ਤੇ ਮੈਨੂੰ ਲੱਗਦਾ ਵੀ 50% ਹੁਣ ਪਰਿਵਾਰ ਮੇਰੇ ਨਾਲ ਰਾਜ਼ੀ ਹੋਇਆ ਇਸ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਗਾਉਣਾ ਤਾਂ ਠੀਕ ਲੱਗਦਾ ਸਾਨੂੰ ਵੀ ਤੇ ਕਈ ਵਾਰੀ ਤਾਂ ਮੈਂ ਜਦੋਂ ਸ਼ਾਮਾਂ ਨੂੰ ਅਸੀਂ ਰਾਤ ਨੂੰ ਪਏ ਹੁੰਦੇ ਹਾਂ ਮੈਨੂੰ 12-1 ਵਜੇ ਤੱਕ 2 ਵਜੇ ਤੱਕ ਸਾਰੀ ਸਾਰੀ ਰਾਤ ਫੋਨ ਚੱਲੀ ਜਾਂਦੇ ਨੇ ਕਈ ਵਾਰ ਮੈਨੂੰ ਪਰਿਵਾਰ ਵਾਲੇ ਕਹਿ ਦਿੰਦੇ ਨੇ ਬੱਚੇ ਬੱਚੀਆਂ ਵੀ ਤੁਸੀਂ ਜੀ ਆਪਣਾ ਕਮਰਾ ਚੇਂਜ ਕਰੋ ਤੁਸੀਂ ਤਾਂ ਸੌਣਾ ਨਹੀਂ ਤੇ ਸਾਨੂੰ ਵੀ ਸੌਣ ਨਹੀਂ ਦਿੰਦੇ ਇਸ ਕਰਕੇ ਫਿਰ ਚਲੋ ਸਾਨੂੰ ਤਾਂ ਵਧੀਆ ਲੱਗਦਾ ਜਦੋਂ ਫੋਨ ਆਉਂਦਾ ਕਈ ਵਾਰੀ ਸਾਨੂੰ ਬਾਹਰੋਂ ਕਹਿ ਦਿੰਦੇ ਆ ਵੀ ਅਸੀਂ ਬੜੇ ਅਸੀਂ ਤਾਂ 3 ਮਹੀਨੇ ਦੇ ਫੋਨ ਲਾ ਰਹੇ ਸੀ ਜੀ ਤੁਹਾਨੂੰ ਅਸੀਂ ਸੋਚਿਆ ਵੀ ਪਤਾ ਨਹੀਂ ਚੱਕਣਗੇ ਜੀ ਕੀ ਕਹਿਣਗੇ ਕੀ ਬੋਲਣਗੇ ਤੇ ਜਦੋਂ ਗੱਲ ਕਰਦੇ ਨੇ ਤੇ ਸਾਰੇ ਸਾਡੇ ਬਾਹਰਲੇ ਕਹਿੰਦੇ ਨੇ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਹੋਈ ਤੇ ਤੁਸੀਂ ਸਾਨੂੰ ਵਧੀਆ ਸੁਣਿਆ ਜੀ ਜੀ ਇੱਕ ਤੇ ਤੁਸੀਂ ਹਰਪਾਲ ਸਿੰਘ ਸ਼ਮਲਾ ਹੋਰਾਂ ਦੀ ਗੱਲ ਕਰਦੇ ਹੋ ਜਿਨ੍ਹਾਂ ਦੇ ਲਿਖੇ ਗਾਣੇ ਹੁਣ ਤੱਕ ਤੁਸੀਂ ਗੀਤੇ ਗਾਏ ਨੇਗੇ ਹੈ ਨਾ ਅਤੇ ਹੋਰ ਜਿਹੜੇ ਪਿਛਲੇ ਕਵਿਸ਼ਰੀ ਟਾਈਮ ਦੇ ਵੀ ਹੋਰ ਕਿਹੜੇ ਸੱਜਣ ਮਿੱਤਰ ਨੇ ਜਿਹੜੇ ਹਮੇਸ਼ਾ ਤੁਹਾਡੇ ਨਾਲ ਰਹੇ ਨੇ ਵੀ ਕੋਈ ਗੱਲ ਨਹੀਂ ਆਪਾਂ ਚਾਹੇ ਮਤਲਬ ਉਮਰ ਨਹੀਂ ਦੇਖੀ ਹੈਗੀ ਤੁਸੀਂ ਕੋਈ ਵੀ ਕੰਮ ਕਰਨ ਲੱਗਿਆ ਹੈ ਨਾ ਸੋ ਚੰਗਾ ਕੰਮ ਕਰਨ ਦੇ ਲਈ ਮੈਨੂੰ ਲੱਗਦਾ ਕੋਈ ਉਮਰ ਦਾ ਵੱਡੇ ਛੋਟੇ ਹੋਣਾ ਇਹ ਕੋਈ ਲਿਖਿਆ ਵੀ ਨਹੀਂ ਹੋਇਆ ਕਿਤੇ ਹੈ ਨਾ ਕਿ ਤੁਸੀਂ ਕਿਸ ਉਮਰ ਦੇ ਵਿੱਚ ਕੀ ਕੰਮ ਕਰਨਾ ਹੈ ਸੋ ਕਿਹੜੇ ਕਿਹੜੇ ਸਾਥੀ ਹਮੇਸ਼ਾ ਤੁਹਾਡੇ ਨਾਲ ਜੁੜੇ ਰਹੇ ਨੇ ਮੇਰੇ ਨਾਲ ਜੀ ਮੇਰੇ ਪਿੰਡੋਂ ਸੀਗੇ ਮੇਰੇ ਵੱਡੇ ਵੀਰ ਦਲੀਪ ਸਿੰਘ ਜੀ ਅੱਜ ਕੱਲ ਉਹ ਮਤਲਬ ਦੁਨੀਆ ਤੇ ਨਹੀਂ ਰਹੇ ਮਹਿਸੂਸ ਕਰਦਾ ਮੈਂ ਇਸ ਨੂੰ
ਤੇ ਮੇਰੇ ਪਿੰਡ ਹੀ ਸੀ ਗੁਰਬਖਸ਼ ਸਿੰਘ। ਤੇ ਉਸ ਤੋਂ ਬਾਅਦ ਮੈਂ ਆਪਣੀ ਉਸਤਾਦ ਧਾਰਿਆ ਜੋਰਾ ਸਿੰਘ ਮੁਸਾਫਰ ਬਾਸੀ ਅਰਕਨ, ਤੇ ਉਹਨਾਂ ਦਾ ਬੇਟਾ ਮੇਰੇ ਨਾਲ ਗਾਉਂਦਾ ਰਿਹਾ। ਤੇ ਅੱਜ ਕੱਲ ਵੀ ਮੇਰੇ ਨਾਲ ਜਿਵੇਂ ਕ੍ਰਿਸ਼ਨ ਸਿੰਘ ਜੀ ਨਰਮਾਣਾ, ਹਾਕਮ ਸਿੰਘ ਊਬਾ ਤੇ ਜੀਤ ਸਿੰਘ ਗਾਮੀਆਣਾ ਮਾਨਸਾ ਤੋਂ, ਤੇ ਅੱਜ ਕੱਲ ਮੇਰੀ ਟੀਮ ਨਾਲ ਇਹ ਮੇਰਾ ਸਾਥ ਨਿਭਾਉਂਦੇ ਨੇ। ਅੱਜ ਵੀ ਉਹ ਪ੍ਰੋਗਰਾਮ ਤੇ ਗਏ ਹੋਏ ਨੇ, ਮੈਂ ਆਪਣੇ ਇੱਧਰ ਇਹਦੇ ਕਰਕੇ ਨਹੀਂ ਗਿਆ, ਤੇ ਉਹ ਅੱਜ ਵੀ ਉਹ ਪ੍ਰੋਗਰਾਮ ਕਰ ਰਹੇ ਨੇ ਜੀ। ਤੇ ਆਪਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਰ ਵੀ ਕਰਨੀਆਂ ਨੇਗੀਆਂ, ਪਰ ਜਿਹੜਾ ਹੁਣੀ ਤੁਹਾਡਾ ਪਹਿਲਾ ਅਫੀਸ਼ੀਅਲ ਗਾਣਾ ਤੁਹਾਡਾ ਰਿਲੀਜ਼ ਹੋਇਆ ਝੂਲ ਦੀ ਸ਼ਰਾਬੀ, ਹੈਨਾ, ਤੇ ਮੈਂ ਚਾਹੁੰਦੀ ਵੀ ਉਹ ਗਾਣਾ ਤੁਸੀਂ ਇੱਕ ਵਾਰੀ ਸਾਨੂੰ ਸੁਣਾ ਦਿਓ। ਹੋ ਪਾਈਏ ਨਾਰੰਗਲੀ ਕੋਠੀ, ਕਰਜ਼ਾ ਲੈ ਸੇਠ ਤੋਂ, ਠੇਕੇ ਤੇ ਪੈਲੀ ਲਈਏ ਵੱਧ ਕੇ ਨਾ ਰੇਟ ਤੋਂ, ਧੀ ਦਾ ਨਾ ਰਿਸ਼ਤਾ ਕਰੀਏ, ਧੀ ਦਾ ਨਾ ਰਿਸ਼ਤਾ ਕਰੀਏ, ਨਸ਼ਿਆਂ ਦੇ ਆਦੀ ਨੂੰ ਅਸਲਾ ਨਾ ਅਸਲਾ ਨਾ ਚਿੱਕਣ ਦਈਏ, ਝੂਲ ਦੇ ਸ਼ਰਾਬੀ ਨੂੰ ਅਸਲਾ ਨਾ ਚਿੱਕਣ ਦਈਏ, ਝੂਲ ਦੇ ਸ਼ਰਾਬੀ ਨੂੰ ਖਬਰੇ ਕਦ ਚੰਦ ਚਾੜ ਦੇ। ਬਹੁਤ ਮਿਹਰਬਾਨੀ, ਬਹੁਤ ਬਹੁਤ ਵਧੀਆ। ਤੁਹਾਡਾ ਹੁਣੇ ਗਾਣਾ ਸੁਣ ਕੇ ਇੱਕ ਗੱਲ ਦਿਮਾਗ 'ਚ ਆਉਂਦੀ ਆ, ਕਿਤੇ ਕਿਤੇ ਚਾਹੇ ਤੁਹਾਡਾ ਜਜ਼ਬਾ ਓਨਾ ਹੀ ਜਵਾਨ ਰਹਿੰਦਾ, ਪਰ ਜਿਹੜੀ ਢਲਦੀ ਉਮਰ ਹੁੰਦੀ ਉਹ ਤੁਹਾਡੇ ਗਲੇ ਨੂੰ ਜ਼ਰੂਰ ਪ੍ਰਭਾਵਿਤ ਕਰਦੀ ਆ। ਇਹ ਤੁਸੀਂ ਆਪਣੇ ਗਲੇ ਦਾ ਖਾਸ ਧਿਆਨ ਰੱਖਦੇ ਹੋ ਜਾਂ ਜਿਹੜੇ ਪਿਛਲੇ 40 ਸਾਲ ਤੁਸੀਂ ਕਵੀਸ਼ਰੀ ਗਾਉਂਦੇ ਆ ਰਹੇ ਹੋ, ਇਹ ਉਹਦਾ ਹੀ ਨਤੀਜਾ? ਨਹੀਂ ਜੀ, ਨਤੀਜਾ ਤਾਂ ਉਹਦਾ ਵੀ ਹੈ, ਅਤੇ ਬਹੁਤ ਵੱਡੀ ਗੱਲ ਇਹ ਹੈ ਕਿ ਮੈਂ ਸ਼ੁਰੂ ਤੋਂ ਨਸ਼ੇ ਤੋਂ ਸਾਰਿਆਂ ਤੋਂ ਬਚਿਆ ਰਿਹਾ। ਦੂਸਰੀ ਗੱਲ ਜਿਹੜੀ ਤੁਸੀਂ ਕਹਿੰਦੇ ਅੱਜ ਵੀ ਅੱਜ ਕੀ ਕਰਦੇ ਹੋ, ਮੈਂ ਹੁਣ ਵੀ ਦੇਸੀ ਘੀ ਚੰਗਾ ਸ਼ਕੀਦਾ ਹੈ। ਅੱਛਾ। ਤੇ ਮੇਰੇ ਨਾਲ ਜੰਗ ਮੁੰਡੇ ਬੈਠੇ ਹੁੰਦੇ, ਇੱਕ ਦਿਨ ਮੈਂ ਘਰ ਬੈਠਾ ਤੇ ਦੁਪਹਿਰ ਸੀ, ਜਾਣਾ ਸੀ, ਬੱਚਾ ਆ ਗਿਆ, ਉਹਦੇ ਨਾਲ ਮੈਂ ਜਾਣਾ ਸੀ, ਤੇ ਉਹ ਮੈਨੂੰ ਕਹਿੰਦਾ ਚਲੋ ਜੀ ਚੱਲੀਏ। ਮੈਂ ਕਿਹਾ ਵੀ ਆਪਾਂ ਦੋ ਦੋ ਪ੍ਰਸ਼ਾਦੇ ਛਕ ਲਈਏ, ਤੇ ਪ੍ਰਸ਼ਾਦਾ ਤਿਆਰ ਹੋਇਆ ਤੇ ਘਰੋਂ ਸਾਨੂੰ ਦੇਸੀ ਘੀ, ਉਹਨਾਂ ਨੇ ਕੌਲੀਆਂ 'ਚ ਉਹ ਮੇਥੇ ਵਾਲੀਆਂ ਰੋਟੀ ਸੀ ਤੇ ਉਹਦੇ ਨਾਲ ਦੇਸੀ ਘੀ ਚੱਲਦਾ ਪਰਿਵਾਰਾਂ 'ਚ, ਤੇ ਮੈਂ ਉਹ ਤੋਂ ਮੰਗਾ ਲਿਆ ਤੇ ਪਰਿਵਾਰ ਵਾਲਿਆਂ ਨੇ ਸਾਨੂੰ ਚੰਗਾ ਦੇਸੀ ਘੀ ਪਾ ਕੇ ਲਿਆਤਾ। ਉਹ ਦੇਖੋ ਮੈਂ 60 ਸਾਲ ਦੇ ਨੇੜੇ ਲੱਗਿਆ ਤੇ ਉਹ ਬੱਚਾ ਸੀ 30 ਸਾਲਾਂ ਦਾ। ਜਦੋਂ ਸਾਡੇ ਦੋਨਾਂ ਦੇ ਪ੍ਰਸ਼ਾਦੇ ਆਏ ਤੇ ਦੋ ਮੈਂ ਉਹਨੂੰ ਕਹਿੰਦਾ ਚੱਕ ਲਿਆ, ਕਹਿੰਦਾ ਮੈਂ ਤਾਂ ਨਹੀਂ ਛਕਣਾ, ਮੈਂ ਦੇਸੀ ਘੀ, ਮੈਂ ਤਾਂ ਐਂ ਚੂ ਫਲਾਣਾ ਹੋ ਜੂ ਟੈਕ ਹੋ ਜੂ, ਮੈਂ ਕਿਹਾ ਤੂੰ ਛਕ ਲੈ, ਕੁਝ ਨਹੀਂ ਹੁੰਦਾ। ਤੇ ਉਹਨੇ ਨਹੀਂ ਛਕਿਆ ਜੀ, ਮੈਂ ਆਪਣੇ ਵਾਲਾ ਛਕਿਆ ਤੇ ਉਹਦੇ ਵਾਲਾ ਵੀ ਗਰਮ ਸੀ, ਉਹ ਮੈਂ ਆਪਣਾ ਮੂੰਹ ਲਾਇਆ ਤੇ ਪੀ ਗਿਆ ਉਹਦੇ ਵਾਲਾ। ਤੇ ਹਾਲੇ ਤੱਕ ਵੀ ਮੈਨੂੰ ਕਹੀ ਜਾਂਦਾ ਇਹ ਬਾਪੂ ਜੀ ਤਾਂ ਔਖੇ ਹੋਣਗੇ, ਕਿਸੇ ਦਿਨ ਹੋ ਜਾਣ, ਇਹਦਾ ਦੇਸੀ ਘੀ ਪੀ ਜਾਂਦੇ ਨੇ, ਮਤਲਬ ਇੱਦਾਂ ਦਾ। ਮੈਂ ਹੁਣ ਵੀ ਖੁਰਾਕ ਚੱਲਦੇ, ਬਦਾਮ ਰੋਗ ਨੂੰ ਮੇਰਾ ਹੁਣ ਵੀ ਚੱਲਦਾ ਰਹਿੰਦਾ ਸਾਰਾ ਸਿਆਲ। ਜੀ 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 ਪਾਪੀ, ਤੁਸੀਂ ਆਪਣੇ ਹੁਣੇ ਗੀਤ ਦੇ ਵਿੱਚ ਫੇਸਬੁੱਕ ਦਾ ਵੀ ਜ਼ਿਕਰ ਕੀਤਾ, ਹਨਾ, ਜਿਹੜੀ ਅੱਜ ਦੇ ਸਾਡੇ ਮੁੰਡੇ ਕੁੜੀਆਂ ਨੌਜਵਾਨ ਪੀੜ੍ਹੀ, ਅਸੀਂ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਹਾਂ। ਬਿਲਕੁਲ। ਤੇ ਇਹ ਤੁਹਾਡੇ ਟਾਈਮ ਦਾ ਸੋਸ਼ਲ ਮੀਡੀਆ ਨਹੀਂ ਹੈਗਾ, ਤੁਸੀਂ ਤੁਹਾਡੀ ਜਿਹੜੀ ਉਮਰ ਦੇ ਲੋਕ ਨੇ ਜਾਂ ਤੁਹਾਡਾ ਜਿਹੜਾ ਵਰਗ ਆ ਉਹਨੂੰ ਸੋਸ਼ਲ ਮੀਡੀਆ ਤੋਂ ਬਾਹਰ ਮੰਨਿਆ ਜਾਂਦਾ, ਹਨਾ। ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਸੋਸ਼ਲ ਮੀਡੀਆ ਬਾਰੇ, ਕਿਉਂਕਿ ਤੁਹਾਡੇ ਗਾਣੇ ਨੇ ਜਿਹੜੇ ਯੂਟਿਊਬ ਤੋਂ ਫੇਸਬੁੱਕ ਤੋਂ ਹੀ ਲੋਕਾਂ ਤੱਕ ਪਹੁੰਚਣੇ ਸ਼ੁਰੂ ਹੋਏ ਨੇ, ਤੁਸੀਂ ਕਿਵੇਂ ਜੁੜੇ ਇਹਨਾਂ ਨਾਲ? ਜੁੜੇ ਤਾਂ ਜੀ ਦੇਖੋ, ਜਿਹੜਾ ਬੰਦਾ ਹੁਣ ਅਸੀਂ ਕਵੀਸ਼ਰੀ ਦਾ ਕੰਮ ਕਰਦੇ ਹਾਂ, ਅਸੀਂ ਜ਼ਿਆਦਾਤਰ ਅਸੀਂ ਜੰਗ ਬੱਚਿਆਂ ਨਾਲ, ਮੈਂ ਬਹੁਤ ਹੁਣ ਬਹੁਤ ਜ਼ਿਆਦਾ ਜੁੜ ਚੁੱਕਿਆ ਇਦੂ ਪਹਿਲਾਂ, ਜਦੋਂ ਮੈਂ ਅਸੀਂ ਫੇਸਬੁੱਕ 'ਤੇ ਉਦੋਂ ਵੀ ਪਹਿਲਾਂ, ਕਿਉਂ ਮੇਰਾ ਖਾਸ ਕਰਕੇ ਖਿਆਲ ਹੁੰਦਾ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜੋ ਮੈਂ ਸੁਣਾ ਰਿਹਾ ਸੀ, ਗਾ ਰਿਹਾ ਸੀ, ਉਹਨੂੰ ਸਿਆਣੇ ਬਜ਼ੁਰਗ ਸੁਣਦੇ ਸੀ, ਉਹਨਾਂ ਨੂੰ ਮੈਂ ਖੁਦ ਇਹ ਸੋਚਦਾ ਵੀ ਇਹਨਾਂ ਨੂੰ ਸੁਣਾਏ, ਇਹਨਾਂ ਨੂੰ ਪਤਾ ਮੈਂ ਜੰਗ ਤੱਕ ਪਹੁੰਚਣਾ ਕਿਵੇਂ ਪਹੁੰਚਣਾ। ਤੇ ਇਸ ਕਰਕੇ ਫਿਰ ਅਸੀਂ ਨੇ ਮੈਨੂੰ ਬਾਈ ਹਰਪਾਲ ਸਿੰਘ ਜੀ ਜਦੋਂ ਸਾਡੇ ਹੋਏ ਇਕੱਠੇ, ਤੇ ਅਸੀਂ ਸੋਚਿਆ ਵੀ ਯਾਰ ਆਪਾਂ ਗਾਈ ਜਾਂਦੇ ਹਾਂ, ਲਿਖੀ ਜਾਂਦੇ ਹਾਂ, ਲੋਕਾਂ ਨੂੰ ਸੁਣਾਈ ਜਾਂਦੇ ਹਾਂ, ਜੋ ਆਪਾਂ ਕਰਦੇ ਹਾਂ ਉਹ ਹੋ ਨਹੀਂ ਰਿਹਾ। ਤੇ ਜਦੋਂ ਫਿਰ ਅਸੀਂ ਇਸ ਫੇਸਬੁੱਕ ਦਾ ਸਹਾਰਾ ਲੈ ਕੇ ਇੱਧਰ ਆਏ, ਉਦੋਂ 1 ਸਾਲ ਪਹਿਲਾਂ। ਜੀ 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 ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਜਿਹੜੇ ਗੀਤ ਆਪਾਂ ਜਿਹੜੇ ਲੋਕਾਂ ਤੱਕ ਪਹੁੰਚਾਉਣੇ ਉਹਨਾਂ ਤੱਕ ਤਾਂ ਪਹੁੰਚ ਹੀ ਨਹੀਂ ਰਹੇ ਹੈਗੇ, ਹਨਾ। ਇੱਕ ਇਹ ਤੁਹਾਡੀ ਸੋਚ ਆ, ਪਰ ਜਿਵੇਂ ਤੁਹਾਡਾ ਇੱਕ ਗੀਤ ਵੀ ਆਇਆ ਸੀ ਜੱਟ ਦੀ ਅਸਲੀਅਤ, ਤੁਸੀਂ ਉਹ ਗੀਤ ਗਾਇਆ ਸੀਗਾ ਵੀ ਜਿਹੜੇ ਅੱਜ ਦੇ ਗਾਇਕ ਨੇ ਉਹ ਜੱਟ ਨੂੰ ਕਿਵੇਂ ਦਿਖਾ ਰਹੇ ਨੇ ਗੇ, ਤੇ ਤੁਸੀਂ ਜਿਹੜਾ ਅਸਲ ਪਿੰਡਾਂ ਦਾ ਜੱਟ ਆ ਉਹ ਕਿਹੜੇ ਹਾਲਾਤਾਂ ਦੇ ਵਿੱਚ ਹੈਗਾ, ਉਸ ਗੀਤ ਰਾਹੀਂ ਲੋਕਾਂ ਨੂੰ ਉਹਦੇ ਬਾਰੇ ਦੱਸਣਾ ਤੁਸੀਂ ਚਾਹਿਆ ਸੀਗਾ, ਹਨਾ। ਅੱਜ ਦੇ ਗਾਣੇ ਜਿਹੜੇ ਆਉਂਦੇ ਨੇ ਤੁਸੀਂ ਸੁਣਦੇ ਹੋ? ਬਿਲਕੁਲ, ਮੈਂ ਗਾਣੇ ਜਿਹੜੀ ਸੁਣਨ ਵਾਲੀ ਗੱਲ ਹੈ ਜੀ, ਮੈਂ ਗਾਣੇ ਸਾਰੇ ਸੁਣਦਾ। ਅੱਛਾ। ਮੈਂ ਆਪਣੇ ਕਮਰੇ 'ਚ ਸਾਰੇ ਗਾਣੇ ਸੁਣਦਾ, ਚਾਹੇ ਉਹ ਚੰਗਾ ਹੈ ਚਾਹੇ ਮਾੜਾ ਹੈ। ਅੱਛਾ। ਮੈਂ ਕੋਈ ਮਾੜਾ ਗਾਣਾ ਕੋਈ ਇਸ ਕਰਕੇ ਨਹੀਂ ਸੁਣਦਾ ਕਿ ਮੈਂ ਗਾਣਾ ਸੁਣਦਾ, ਮੈਂ ਇਹ ਉਹਨਾਂ ਗਾਣੇ ਦੇ ਵਿੱਚ ਇਹ ਸੁਣਦਾ ਵੀ ਗਾਣਾ ਕਹਿੰਦਾ ਕੀ ਹੈ।
ਸਾਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ, ਚੰਗਾ ਮਾੜਾ, ਇਹ ਕਿਉਂ ਗਾ ਰਿਹਾ, ਇਹਦਾ ਮਤਲਬ ਮੈਂ ਇਸ ਕਰਕੇ ਸੁਣਦਾ। ਸੁਣੀਦੇ ਨੇ ਸਾਰੇ ਗਾਣੇ, ਅੱਜ ਕੱਲ ਵੀ ਸੁਣੀਦੇ ਨੇ, ਪਹਿਲਾਂ ਮੈਂ ਸ਼ੁਰੂ ਤੋਂ ਵੀ ਸੁਣਦਾ ਰਿਹਾ। ਜੀ ਜੀ ਬਾਪੂ, ਚਲੋ ਹੁਣ ਤੁਹਾਡਾ ਤਾਂ ਜਿਹੜਾ ਇਸ ਉਮਰ 'ਚ ਆ ਕੇ ਜਿਹੜਾ ਤੁਸੀਂ ਇਹ ਵਧੀਆ ਕੰਮ ਕੀਤਾ ਹੈ ਨਾ, ਤੁਹਾਡਾ ਉਹ ਪੈਸੇ ਵਾਲਾ ਜਿਹੜੀ ਮਨਸ਼ਾ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਗਈ ਹੈ ਨਾ। ਹੁਣ ਜਿਹੜਾ ਤੁਹਾਡਾ ਹੋਊਗਾ ਮੇਨ ਫੋਕਸ ਆ, ਉਹ ਹੈਗਾ ਵੀ ਲੋਕਾਂ ਨੂੰ ਜਾਂ ਯੂਥ ਨੂੰ ਇੱਕ ਚੰਗੀ ਚੀਜ਼ ਸੁਣਨ ਲਈ ਦੇ ਕੇ ਜਾਣੀ ਹੈ ਨਾ, ਜਿਹੜੀ ਕਿ ਬਾਅਦ ਚੋਂ ਕਈ ਸਦੀਆਂ ਤੱਕ ਸੁਣੀ ਜਾਣੀ ਹੈ ਨਾ। ਪਰ ਜਿਹੜੇ ਅੱਜ ਦੇ ਗਾਇਕਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਨਾ, ਉਹ ਇਹ ਚੀਜ਼ ਗਾਉਣਾ ਨਹੀਂ ਪਸੰਦ ਕਰਦੇ ਹੈਗੇ। ਉਹ ਕਿਉਂ? ਉਹ ਕਹਿੰਦੇ ਕਿਉਂਕਿ ਸੁਣਦੇ ਨਹੀਂ ਹੈਗੇ ਲੋਕ। ਤੁਸੀਂ ਕੀ ਕਹਿੰਦੇ ਹੋ? ਨਹੀਂ, ਸੁਣਨ ਵਾਲੀ ਤਾਂ ਇਹ ਭੁਲੇਖਾ ਮੈਨੂੰ ਵੀ ਸੀਗਾ ਵੀ ਸ਼ਾਇਦ ਚੰਗੀ ਚੀਜ਼ ਨੂੰ ਸੁਣਨ ਵਾਲੇ ਹੈ ਨਹੀਂ। ਜਦੋਂ ਮੈਨੂੰ ਅਸੀਂ ਗਾਣੇ ਪਾਏ, ਕਈ ਪਾਏ, ਮੈਨੂੰ ਬਹੁਤ ਜ਼ਿਆਦਾ ਫੋਨ ਆਏ, ਕਈ ਮੈਨੂੰ ਇੱਥੋਂ ਤੱਕ ਕਿਹਾ ਕਿ ਬਾਹਰ ਲੈਣਾ ਰਹੀ ਸਾਡੇ ਬੱਚਿਆਂ ਨੇ, ਭਰਾਵਾਂ ਨੇ, ਅਤੇ ਕਿ ਅਸੀਂ ਸੋਚਿਆ ਸੀ ਪੰਜਾਬ ਦਾ ਸੱਭਿਆਚਾਰ ਮਰ ਗਿਆ। ਇੱਥੋਂ ਤੱਕ ਮੈਨੂੰ ਉਹਨਾਂ ਨੇ ਕਿਹਾ, ਅਸੀਂ ਤੁਹਾਨੂੰ ਸੁਣਿਆ ਅਤੇ ਸਾਨੂੰ ਐਂ ਲੱਗਦਾ ਵੀ ਪੰਜਾਬ ਦਾ ਸੱਭਿਆਚਾਰ ਹਾਲੇ ਕਿਤੇ ਜਿਉਂਦਾ ਬੈਠਾ ਹੈ ਜੀ, ਅਤੇ ਬਹੁਤ ਵਧੀਆ ਸੁਣ ਰਹੇ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਬਾਕੀ ਜਿਹੜੀ ਗੱਲ ਹੈ ਮੇਰੇ ਵਾਲੀ, ਤੁਸੀਂ ਪੈਸੇ ਦੀ ਗੱਲ ਕਰੀਏ ਨਾ, ਹੁਣ ਮੇਰੀ ਪੈਸੇ ਕਮਾਉਣਾ ਜਾਂ ਗਾਉਣਾ ਨਹੀਂ ਹੈ ਜੀ, ਮੇਰੀ ਡਿਊਟੀ ਤਾਂ ਸਿਰਫ ਹੁਣ ਯੂਥ ਸੰਭਾਲਣ ਦੀ ਹੈ। ਮੈਂ ਕਿਵੇਂ ਕੀ ਕਹਿ ਕੇ ਸੰਭਾਲਣਾ? ਮੈਨੂੰ ਬਹੁਤ ਬੱਚਿਆਂ ਨੇ ਬਹੁਤ ਜ਼ਿਆਦਾ ਵਧੀਆ ਕਿਹਾ ਜੀ ਬਾਪੂ ਜੀ ਤੁਹਾਨੂੰ ਸੁਣ ਕੇ ਸਾਡੀ ਜ਼ਿੰਦਗੀ ਸੁਧਰ ਗਈ, ਅਸੀਂ ਇੱਧਰ ਨੂੰ ਚੱਲ ਗਏ ਅਤੇ ਤੁਹਾਨੂੰ ਹੁਣ ਅਸੀਂ ਬਹੁਤ ਜ਼ਿਆਦਾ ਸੁਣਦੇ ਹਾਂ, ਬਹੁਤ ਵਧੀਆ ਫੀਲ ਕਰਦੇ ਨੇ। ਕੋਈ ਐਸੀ ਗੱਲ ਨਹੀਂ ਵੀ ਚੰਗਾ ਸੁਣਨ ਵਾਲਾ ਹੈ, ਜੇ ਚੰਗਾ ਦਿਆਂਗੇ ਤਾਂ ਹੀ ਸੁਣੂ, ਜੇ ਅਸੀਂ ਦਿਆਂਗੇ ਹੀ ਮਾੜਾ ਸੁਣਨ ਵਾਲੇ ਨੇ ਤਾਂ ਦੇਖੋ ਅਸੀਂ ਬੈਠੇ ਹਾਂ, ਅਸੀਂ ਮੋਬਾਈਲ ਖੋਲ੍ਹਿਆ ਸੁਣਨਾ ਕੁਛ, ਅਸੀਂ ਆਪਣਾ ਟਾਈਮ ਪਾਸ ਕਰਨਾ ਜਾਂ ਜੋ ਵੀ ਹੈ, ਅਤੇ ਜੇ ਉਹਦੇ ਵਿੱਚ ਚੰਗਾ ਹੋਊ ਤਾਂ ਹੀ ਸੁਣਾਂਗੇ, ਜੇ ਹੈਗਾ ਹੀ ਮਾੜਾ ਤਾਂ ਮਾੜਾ ਹੀ ਸੁਣਨਾ ਸਾਨੂੰ ਸਾਡੀ ਮਜ਼ਬੂਰੀ ਹੈ, ਕੋਈ ਇਸਦੀ ਗੱਲ ਨਹੀਂ। ਜਿਹੜੀ ਤੁਸੀਂ ਗੀਤਕਾਰ ਗਾਇਕਾਂ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਜੀ ਸਦਕੇ ਗਾਉਣ, ਤਰੱਕੀਆਂ ਕਰਨ, ਜਵਾਨੀਆਂ ਮਾਨਣ ਰੱਜ ਕੇ, ਪਰ ਮੈਂ ਖਾਸ ਕਰਕੇ ਇੱਕ ਗੱਲ ਕਹੂੰਗਾ ਗੀਤਕਾਰਾਂ ਅਤੇ ਗਾਇਕਾਂ ਨੂੰ, ਯਾਰ ਪੰਜਾਬ ਨਾਲ ਬਹੁਤ ਬਣ ਗਈ, ਬਹੁਤ ਕੁਝ ਹੋ ਗਿਆ, ਅਤੇ ਹੁਣ ਥੋੜ੍ਹੀ ਜਿਹੀ ਹੋਸ਼ ਕਰੋ, ਅਸੀਂ ਆਪਣੇ ਪੈਰਾਂ 'ਤੇ ਆ ਕੇ ਖੜ੍ਹੇ ਹੋਈਏ, ਸਾਡਾ ਫਰਜ਼ ਹੈ। ਇਕੱਲਾ ਪੈਸੇ ਨੇ ਇੱਥੇ ਇੱਥੇ ਕੰਮ ਕਰਨਾ, ਉਹਦੀ ਦਰਗਾਹ 'ਚ ਪੈਸਾ ਨਹੀਂ ਸਾਡੇ ਕੰਮ ਆਉਣਾ, ਅਤੇ ਪੰਜਾਬ ਦੀ ਕੁਝ ਸੇਵਾ ਕਰ ਲਈਏ ਅਤੇ ਬਚਾ ਲਈਏ ਯੂਥ ਨੂੰ, ਬਹੁਤ ਭਟਕ ਚੁੱਕਾ ਸਾਡਾ ਯੂਥ। ਮੈਂ ਤਾਂ ਖਾਸ ਕਰਕੇ ਗੀਤਕਾਰਾਂ ਨੂੰ ਅਤੇ ਗਾਇਕ ਭਰਾਵਾਂ ਨੂੰ, ਬੱਚਿਆਂ ਨੂੰ, ਮੇਰਿਆਂ ਨੂੰ ਮੈਂ ਕਹੂੰਗਾ ਕਿ ਜੀ ਸਦ ਕੇ ਗਾਓ, ਮੌਜਾਂ ਮਾਣੋ, ਅਤੇ ਪਰ ਦਹਿਰੇ 'ਚ ਆ ਜਾਓ ਮੁੜ ਕੇ ਜੀ। ਕੋਈ ਇੱਕ ਹੋਰ ਰੰਗ ਬਾਪੂ ਜੀ, ਕੋਈ ਵੀ ਇਸ ਵੇਲੇ ਹੋ ਜਾਵੇ। ਮੈਂ ਹੁਣ ਅਸੀਂ ਇੱਕ ਗਾਣਾ ਹੋਰ ਕਰਾ ਰਿਹਾ, ਹਰਪਾਲ ਸਿੰਘ ਜੀ ਨੇ ਲਿਖਿਆ, ਜੇ ਤੂੰ ਚੱਲਿਆ ਏ ਪੁੱਤਾ ਮਿੱਥੀ ਮੰਜ਼ਿਲ ਦੇ ਬੱਲੇ, ਮੇਰੇ ਚਾਰ ਕੀ ਸੁਝਾ ਨੇ, ਲੈ ਜੀ ਬੰਨ ਕੇ ਤੂੰ ਪੱਲੇ, ਖੱਬੇ ਮੋੜ ਤੇ ਅਠੇਕਾ, ਸੱਜੇ ਐਸ਼ ਦਾ ਟਿਕਾਣਾ, ਦੋਵੇਂ ਮੋੜ ਹੀ ਮੁੜੀ ਨਾ, ਜੇ ਤੈ ਮੰਜ਼ਿਲ ਤੇ ਜਾਣਾ, ਦੋਵੇਂ ਮੋੜ ਹੀ ਮੁੜੀ ਨਾ, ਜੇ ਤੈ ਮੰਜ਼ਿਲ ਤੇ ਜਾਣਾ, ਤੈਨੂੰ ਹੁਸਨ ਡਲਾਊ ਪਰ ਸਿਦਕੋ ਨਾ ਡੋਲੀ, ਰਾਂਝੇ ਮਿਰਜੇ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ, ਖੱਬੇ ਮੋੜ ਤੇ ਸਲੇਟੀ, ਸੱਜੇ ਪੱਟ ਦਾ ਸਰਾਣਾ, ਦੋਵੇਂ ਮੋੜ ਹੀ ਮੁੜੀ ਨਾ, ਜੇ ਤੈ ਮੰਜ਼ਿਲ ਤੇ ਜਾਣਾ, ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋ ਨਾ ਪਲਾਈ, ਯਾਰ ਪੈਣਗੇ ਬਣਾਉਣੇ ਪਰ ਸੋਚ ਕੇ ਬਣਾਈ, ਖੱਬੇ ਡੋਗਰ ਹੈ ਬੈਠਾ ਸੱਜੇ ਮਲ ਮਰ ਜਾਣਾ, ਦੋਵੇਂ ਮੋੜ ਹੀ ਮੁੜੀ ਨਾ, ਜੇ ਤੈ ਮੰਜ਼ਿਲ ਤੇ ਜਾਣਾ, ਦੋਵੇਂ ਮੋੜ ਹੀ ਮੁੜੀ ਨਾ, ਜੇ ਤੈ ਮੰਜ਼ਿਲ ਤੇ ਜਾਣਾ। ਬਹੁਤ ਵਧੀਆ ਜੀ ਬਾਪੂ ਜੀ। ਇਸ ਤੋਂ ਆਪਾਂ ਹਰਪਾਲ ਸ਼ਮਲਾ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਪਰ ਇੱਕ ਸਵਾਲ ਤੁਹਾਨੂੰ ਮੈਂ ਉਸ ਤੋਂ ਪਹਿਲਾਂ ਕਰਨਾ ਚਾਹੁੰਦੀ ਹਾਂ। ਤੁਹਾਡੇ ਗੀਤ ਸੁਣ ਕੇ ਬਹੁਤ ਸਾਰੇ ਜਿਹੜੇ ਆਡੀਅੰਸ ਆ ਜਾਂ ਲੋਕ ਜਿਹੜੇ ਸਰੋਤੇ ਸੁਣਦੇ ਨੇ, ਉਹਨਾਂ ਦੇ ਤਾਂ ਫੋਨ ਤੁਹਾਨੂੰ ਆਏ ਹੋਣਗੇ ਜ਼ਰੂਰ, ਅਤੇ ਗਾਇਕਾਂ ਦੇ ਵਿੱਚ ਵੀ ਕਿਸੇ ਦਾ ਫੋਨ ਆਇਆ ਕਾਫੀ? ਮੈਨੂੰ ਗਾਇਕਾਂ ਦੇ ਵਿੱਚ ਜਿਵੇਂ ਆਪਣੇ ਭਿੰਦੇ ਸ਼ਾਹ ਜੀ ਹੋਰੀ ਨੇ, ਅੱਛਾ ਜੀ, ਅਤੇ ਹੋਰ ਕਈਆਂ ਦੇ ਮੈਨੂੰ ਕਾਫੀ ਗਾਇਕਾਂ ਦੇ, ਜਿਵੇਂ ਹਰਜੀਤ ਹਰਮਨ ਜੀ ਨੇ, ਅੱਛਾ, ਮੇਰੇ ਨੇੜੇ ਦੇ ਪਿੰਡ ਉਹਨਾਂ ਦਾ ਜੀ, ਅਤੇ ਹੋਰ ਕਾਫੀ ਗਾਇਕਾਂ ਦੇ, ਮਤਲਬ ਮੈਨੂੰ ਉਹਨਾਂ ਨੇ ਕਿਹਾ ਵੀ ਬਾਪੂ ਜੀ ਸਾਡਾ ਵੀ ਮਨ ਕਰਦਾ ਸੀ ਤੁਹਾਡੇ ਨਾਲ ਕੋਈ ਗਾਣਾ ਕਰੀਏ। ਅੱਛਾ। ਤੇ ਬਾਹਰੋਂ ਕਾਫੀ ਗਾਇਕਾਂ ਦੇ ਮੈਨੂੰ, ਜਿਹੜੇ ਆਪਣੇ ਬੱਚੇ ਬਾਹਰ ਗਾ ਰਹੇ ਨੇ, ਉਹਨਾਂ ਦੇ ਫੋਨ ਆਉਂਦੇ ਨੇ ਜੀ ਅਸੀਂ ਇੰਡੀਆ ਆ ਰਹੇ ਹਾਂ, ਤੁਸੀਂ ਥੋੜਾ ਜਿਹਾ ਟਾਈਮ ਸੰਭਾਲੋ ਤੇ ਅਸੀਂ ਆ ਕੇ ਤੁਹਾਡੇ ਨਾਲ ਗਾਣਾ ਕਰਨਾ, ਅਸੀਂ ਖਰਚਾ ਕਰਾਂਗੇ, ਇਹ ਕਰਾਂਗੇ, ਤੇ ਮਤਲਬ
ਕਾਫੀ ਗਾਇਕਾਂ ਦੇ ਆਉਂਦੇ ਰਹਿੰਦੇ ਆ। ਦੋਸਤੋ ਸਰਦਾਰ ਮੇਵਾ ਸਿੰਘ ਹੋਰਾਂ ਦੇ ਨਾਲ ਗੱਲਬਾਤ ਚੱਲ ਰਹੀ ਆ ਅਤੇ ਹੁਣ ਵੇਲਾ ਹੋ ਗਿਆ ਤੁਹਾਨੂੰ ਉਸ ਹਸਤੀ ਦੇ ਰੂਬਰੂ ਕਰਵਾਉਣ ਦਾ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਮੇਵਾ ਸਿੰਘ ਹੋਰਾਂ ਦੇ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਦੇ ਹੀ ਲਿਖੇ ਹੋਏ ਗੀਤ ਇਹਨਾਂ ਨੇ ਹੁਣ ਤੱਕ ਗਾਏ ਨੇ, ਬਹੁਤ ਚੰਗੇ ਅਤੇ ਬਹੁਤ ਚੰਗੇ ਸੁਨੇਹਿਆਂ ਵਾਲੇ ਗੀਤ ਉਹਨਾਂ ਨੇ ਹੁਣ ਤੱਕ ਲਿਖੇ ਨੇ ਅਤੇ ਜਿਨ੍ਹਾਂ ਨੂੰ ਤੁਸੀਂ ਯੂਟਿਊਬ 'ਤੇ ਫੇਸਬੁੱਕ ਦੇ ਰਾਹੀਂ ਸੁਣਿਆ ਅਤੇ ਇਹਨਾਂ ਦਾ ਜਿਹੜਾ ਹੁਣੇ ਗਾਣਾ ਰਿਲੀਜ਼ ਹੋਇਆ ਸੀ ਝੂਲ ਦੇ ਸ਼ਰਾਬੀ, ਉਹ ਵੀ ਉਹਨਾਂ ਦਾ ਹੀ ਲਿਖਿਆ ਹੋਇਆ। ਮੈਂ ਗੱਲ ਕਰ ਰਹੀ ਹਾਂ ਹਰਪਾਲ ਸਿੰਘ ਸ਼ਮਲਾ ਹੋਰਾਂ ਦੀ ਅਤੇ ਮੈਂ ਬਾਈ ਜੀ ਹੋਰਾਂ ਨੂੰ ਗੁਜ਼ਾਰਿਸ਼ ਕਰੂੰਗੀ ਕਿ ਸਾਨੂੰ ਜੁਆਇਨ ਕਰਨ। ਦੋਸਤੋ ਹਰਪਾਲ ਸਿੰਘ ਸ਼ਮਲਾ ਹੋਰੀ ਸਾਨੂੰ ਜੁਆਇਨ ਕਰ ਚੁੱਕੇ ਨੇ। ਇਸ ਤੋਂ ਪਹਿਲਾਂ ਕਿ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਗੀਤਕਾਰੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਕਰੀਏ ਜਾਂ ਫਿਰ ਮੇਵਾ ਸਿੰਘ ਹੋਰਾਂ ਦੇ ਨਾਲ ਉਹਨਾਂ ਦਾ ਮਿਲਣ ਦਾ ਸਬੱਬ ਕਿੱਦਾਂ ਹੋਈ ਹੈ ਇਸ ਬਾਰੇ ਜਾਣੀਏ। ਇੱਕ ਸਵਾਲ ਮੇਰਾ ਬਾਪੂ ਜੀ ਤੁਹਾਨੂੰ ਵੀ ਹੈ ਅਤੇ ਬਾਈ ਜੀ ਤੁਹਾਨੂੰ ਵੀ ਹੈ ਕਿ ਤੁਸੀਂ ਵੀ ਆਪਣੇ ਨਾਂ ਦੇ ਨਾਲ ਆਪਣੇ ਪਿੰਡ ਦਾ ਨਾਂ ਸ਼ਮਲਾ ਲਾਇਆ ਹੋਇਆ ਅਤੇ ਤੁਸੀਂ ਵੀ ਆਪਣੇ ਪਿੰਡ ਦਾ ਨਾਂ ਪਾਲੀਆ ਲਾਇਆ ਹੋਇਆ। ਅੱਜ ਕੱਲ੍ਹ ਦੇ ਕਈ ਗਾਇਕ ਨੇ ਜਿਹੜੇ ਪਿੰਡ ਦਾ ਨਾਂ ਮਤਲਬ ਲਾਉਂਦੇ ਆ, ਕਈ ਨਹੀਂ ਵੀ ਲਾਉਂਦੇ ਹੈਗੇ। ਪਹਿਲਾਂ ਹੁੰਦਾ ਸੀ ਜਿੱਦਾਂ ਦੇਵੀ ਮਖਸੂਸਪੁਰੀ ਸਾਹਿਬ ਆਪਣੇ ਪਿੰਡ ਦਾ ਨਾਂ, ਸੁਰਜੀਤ ਬਿੰਦਰਖੀ ਨੇ ਆਪਣੇ ਪਿੰਡ ਦਾ ਨਾਂ ਲਾਇਆ ਹੋਇਆ ਸੀ ਨਾ, ਅਤੇ ਤੁਸੀਂ ਕਿਸ ਮਨਸ਼ਾ ਦੇ ਨਾਲ ਇਹ ਆਪਣੇ ਪਿੰਡ ਦਾ ਨਾਂ ਜਿਹੜਾ ਆਪਣੇ ਨਾਂ ਨਾਲ ਲਾਇਆ? ਇਹਦਾ ਮੇਨ ਕਾਰਨ ਜੋ ਮੈਂ ਸੋਚਦਾ, ਕਿਉਂਕਿ ਸੋਚ ਆਪੋ ਆਪਣੀ, ਜਿੱਥੇ ਅਸੀਂ ਜੰਮੇ ਪਲੇ, ਜਿਹੜੀਆਂ ਗਲੀਆਂ 'ਚ ਖੇਡੇ, ਅਤੇ ਉਸ ਤੋਂ ਵੱਡਾ ਹੋਰ ਕੋਈ ਸਥਾਨ ਨਹੀਂ ਹੋ ਸਕਦਾ, ਮੇਰੀ ਇਹ ਸੋਚ ਹੈ। ਕਿਉਂਕਿ ਪਿੰਡ ਦਾ ਨਾਂ ਲਾਉਣਾ, ਜਾਂ ਮੈਂ ਸਪੋਜ਼ ਕਰੋ ਆਪਣੀ ਸਬ ਕਾਸਟ ਲਾਉਂਦਾ, ਠੀਕ ਹੈ ਨਾ, ਉਹ ਮੇਰੀ ਸਬ ਕਾਸਟ ਵਾਲਿਆਂ ਨੂੰ ਚੰਗੀ ਲੱਗਣੀ ਸੀ, ਪਰ ਜਦੋਂ ਮੈਂ ਆਪਣੇ ਪਿੰਡ ਦਾ ਨਾਂ ਪਾਉਂਦਾ ਤਾਂ ਸਮੁੱਚੇ ਪੰਜਾਬ ਦੇ ਲੋਕ, ਜਿਹੜੇ ਆਡੀਅੰਸ ਜਿਹਨੇ ਵੀ ਸੁਣਨਾ, ਉਹ ਮਾਣ ਮਹਿਸੂਸ ਕਰਨਗੇ ਵੀ ਯਾਰ ਬੰਦੇ ਨੇ ਆਪਣੇ ਪਿੰਡ ਦਾ ਨਾਂ ਲਾਇਆ। ਆਪਣੀ ਮਿੱਟੀ ਨੂੰ ਭੁੱਲਣਾ, ਜਿਹੜਾ ਬੰਦਾ ਭੁੱਲਦਾ, ਮੇਰਾ ਤਾਂ ਖਿਆਲ ਆ ਵੀ ਵਧੀਆ ਗੱਲ ਨਹੀਂ ਹੈਗੀ। ਕਿਉਂਕਿ ਸਭ ਤੋਂ ਪਹਿਲਾਂ ਜੇ ਤੁਹਾਡੇ ਵਿੱਚ ਮਿੱਟੀ ਦਾ ਮੋਹ ਹੈ, ਫਿਰ ਹੀ ਤੁਸੀਂ ਕਿਸੇ ਸਮਾਜਿਕ ਕ੍ਰਿਤੀ ਬਾਰੇ ਜਾਂ ਹੋਰ ਬਾਰੇ ਗੱਲ ਕਰ ਸਕਦੇ ਹੋ। ਜੀ ਤੁਸੀਂ ਕਿਉਂ ਆਪਣੇ ਪਿੰਡ ਦਾ ਨਾਂ ਨਾਲ ਲੈ ਕੇ ਚੱਲੇ ਹੋ? ਮੈਨੂੰ ਵੀ ਪਿੰਡ ਦਾ ਇਸੇ ਕਰਕੇ ਵੱਡੀ ਤਾਂ ਗੱਲ ਇਹੀ ਹੈ, ਦੇਖੋ ਇੱਥੇ ਖੇਡੋ, ਹੁਣ ਅੱਜ ਆਪਾਂ ਮੋਟਰ 'ਤੇ ਬੈਠੇ ਹਾਂ, ਚੰਗਾ ਲੱਗਦਾ ਹੈ। ਅਤੇ ਬਾਕੀ ਗੱਲ ਇਹ, ਹੁਣ ਮੈਨੂੰ ਜ਼ਿਆਦਾ ਪਤਾ ਲੱਗਿਆ ਕਿ ਪਿੰਡ ਦੇ ਨਾਂ ਨਾਲ ਲਾਉਣ ਕਰਕੇ ਮੈਨੂੰ ਕੀ ਫਾਇਦੇ ਹੋਏ। ਅਤੇ ਕਈਆਂ ਨੂੰ ਉਹੀ ਗੱਲ ਉੱਥੇ ਹੈ ਕਿ ਬਾਹਰੋਂ ਫੋਨ ਆ ਜਾਂਦੇ ਨੇ ਮੇਰੇ ਨਾਲ ਦੇ ਆਲੇ ਦੁਆਲੇ ਪਿੰਡਾਂ ਦੇ, ਸਾਰੇ ਜਾਣ ਪਛਾਣ ਵਾਲੇ ਹੈਗੇ ਨੇ, ਅਤੇ ਉੱਥੋਂ ਫੋਨ ਕਰਦੇ ਨੇ ਜੀ ਆ ਤੁਹਾਡੇ ਨੇੜੇ ਇੱਕ ਮੇਵਾ ਸਿੰਘ ਜੀ ਨੇ ਇੱਧਰ, ਅਤੇ ਉਹ ਸਾਡਾ ਪਿੰਡ ਪਾ ਲਈ ਹੈ, ਅਤੇ ਮੇਰੇ ਨਾਲ ਦੇ ਪਿੰਡਾਂ ਦੇ ਸਾਡਾ ਪਿੰਡ ਪਾ ਲਿਆ, ਸਾਡਾ ਭਰਾ ਹੈ, ਤੁਸੀਂ ਗੱਲ ਕਰੋ ਕੀ ਹੈ। ਮਤਲਬ ਮੈਨੂੰ ਤਾਂ ਮਾਣ ਮਹਿਸੂਸ ਹੋਏ ਰਿਹਾ ਕਿ ਮੈਂ ਪਾ ਲਈ ਪਿੰਡ ਦਾ, ਅਤੇ ਮੇਰੇ ਪਿੰਡ ਦਾ ਨਾਂ ਮੇਰੇ ਨਾਲ, ਜੇ ਮੇਰਾ ਨਾਂ ਕੁਛ ਚੱਲ ਰਿਹਾ ਤਾਂ ਪਿੰਡ ਦਾ ਚੱਲ ਰਿਹਾ, ਇਹ ਮਾਣ ਮਹਿਸੂਸ ਹੈ। ਤੇ ਮੇਰੇ ਕਾਫੀ ਆਲੇ ਦੁਆਲੇ ਪਿੰਡਾਂ ਤੱਕ ਵੀ ਇਹ ਮਾਣ ਮਹਿਸੂਸ ਕਰਦੇ ਨੇ ਕਿ ਸਾਡੇ ਏਰੀਏ ਤੇ ਨੇੜਲੇ ਪਿੰਡ। ਹਾਂ, ਇੱਕ ਦਿਨ ਮੇਰਾ ਦੋਸਤ ਬੈਠਾ ਇੱਥੋਂ ਸਾਡੇ ਕੋਲ ਗਿਆ, ਤੇ ਉਹਨੇ ਜਾ ਕੇ ਕਿਸੇ ਕੋਲੇ ਰਿਹਾ, ਤੇ ਉਹਨੂੰ ਫੋਨ ਆ ਗਿਆ ਬਾਹਰੋਂ ਦੇ ਭਰਾ ਨੂੰ, ਉਹ ਕੋਲ ਬੈਠਾ ਸੀ ਮੇਰਾ ਦੋਸਤ, ਉਹ ਕਹਿੰਦਾ ਵੀ ਇੱਥੇ, ਉਹ ਕਹਿਣ ਲੱਗੇ ਕਿ ਉਹ ਬੈਠੇ ਨੇ ਮੇਰੇ ਨਾਲ, ਉਹ ਕਹਿੰਦਾ ਮੇਰੀ ਗੱਲ ਕਰਾਓ, ਤੇ ਗੱਲ ਕਰੀ, ਤੇ ਉਹ ਕਹਿੰਦਾ ਵੀ ਤੁਹਾਡੇ ਪਿੰਡ ਇੱਥੇ, ਤੁਹਾਡੇ ਪਿੰਡ ਦੇ ਇੱਦਾਂ ਇੱਦਾਂ ਮੇਵਾ ਸਿੰਘ, ਉਹ ਕਹਿੰਦਾ ਮੈਂ ਹੁਣੇ ਬੈਠਾ ਉਹਨਾਂ ਦੇ ਕੋਲੋਂ ਆਇਆ। ਤੂੰ ਉਹਨੇ ਮੈਨੂੰ ਬਾਅਦ ਫੋਨ ਕਰਿਆ, ਕਹਿੰਦਾ ਯਾਰ ਮੇਰੇ ਤਾਂ ਧਰਤੀ ਦੇ ਪੈਰ ਨਹੀਂ ਲੱਗੇ, ਮੈਂ ਵੀ ਪਾ ਲਈਏ ਪਿੰਡ ਦਾ। ਹਾਂ, ਇੰਨਾ ਹੁੰਦਾ ਨਹੀਂ, ਬਹੁਤ ਚੰਗੀ ਗੱਲ ਆ, ਕਿਉਂਕਿ ਅੱਜ ਕਿਹਨੂੰ ਨਹੀਂ ਪਤਾ ਵੀ ਬਿੰਦਰਖ ਪਿੰਡ ਕਿੱਥੇ ਆ ਜਾਂ ਮਹਿਸੂਸਪੁਰ ਪਿੰਡ। ਬਹੁਤ ਸੋਹਣਾ ਲੱਗਦਾ ਜੀ ਉਹ ਪਿੰਡ ਦਾ ਨਾਂ ਲੈਂਦੇ ਨਾ। ਅੱਛਾ ਹਰਪਾਲ ਜੀ, ਤੁਸੀਂ ਬਾਈ ਪ੍ਰੋਫੈਸ਼ਨ ਆ ਜਿਹੜੇ ਬਿਜਲੀ ਬੋਰਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਨਾ, ਪਰ ਇਹ ਤੁਹਾਡਾ ਗੀਤਕਾਰੀ ਦਾ ਸਫ਼ਰ ਕਦਾਂ ਕੁ ਚੱਲਦਾ ਆ ਰਿਹਾ? ਕਿਉਂਕਿ ਬਾਬਾ ਜੀ ਜਿਹੜੇ ਨੇਗੇ ਇਹ ਬਹੁਤ ਟਾਈਮ ਤੋਂ ਗਾਉਣਾ ਚਾਹੁੰਦੇ ਸੀਗੇ, ਪਰ ਉਹ ਮਾਹੌਲ ਜਾਂ ਮੌਕਾ ਨਹੀਂ ਮਿਲਿਆ ਹੈਗਾ, ਤੇ ਤੁਹਾਡੀ ਗੀਤਕਾਰੀ ਵੀ ਇਹਨਾਂ ਦੇ ਨਾਲ ਹੀ ਐਵੇਂ ਬਾਹਰ ਨਿਕਲੀ ਆ? ਹਾਂਜੀ, ਤਕਰੀਬਨ ਮੈਂ ਜਦੋਂ ਕਦਾਂ ਮੈਨੂੰ ਪਤਾ, ਵੈਸੇ ਮੈਂ 6ਵੀਂ 7ਵੀਂ ਦੇ ਵਿੱਚ ਜਦੋਂ ਪੜ੍ਹਦਾ ਸੀ, ਅੱਛਾ, ਤੇ ਉਦੋਂ ਕ ਮੈਂ ਕੁਛ ਲੱਗ ਗਿਆ ਸੀ ਲਿਖਣ, ਤੇ ਉਹ ਲਿਖਦੇ ਹੁੰਦੇ ਸੀ ਤੇ ਘਰਦਿਆਂ ਤੋਂ ਡਰਦੇ ਰਹਿੰਦੇ ਸੀ। ਅੱਛਾ, ਵੀ ਕਿਤੇ ਕੋਈ ਕਾਪੀ ਨਾ ਦੇਖ ਲੈਣ ਕੀ ਲਿਖੀ ਜਾਂਦਾ। ਬਿਲਕੁਲ ਬਿਲਕੁਲ, ਤੇ ਮੇਵਾ ਸਿੰਘ ਹੋਣਾ ਦੇ ਨਾਲ ਤੁਸੀਂ ਕਿਵੇਂ ਮਿਲੇ? ਇਹ ਮੈਂ ਦੱਸਦਾ ਜੀ ਤੁਹਾਨੂੰ ਕਿੱਦਾਂ ਮਿਲੇ। ਇਹਨਾਂ ਦੇ ਮੇਰੇ ਕੋਲੇ
ਇਹਨਾਂ ਦੇ ਬਿਜਲੀ ਬੋਰਡ 'ਚ ਇੱਕ ਹੋਰ ਸਾਡੇ ਸਾਥੀ ਮੇਰੇ ਨਾਲ ਗਾਉਂਦੇ ਰਹੇ ਪਹਿਲਾਂ ਕਵੀਸ਼ਰੀ, ਉਹ ਮੈਨੂੰ ਅਕਸਰ ਕਹਿੰਦੇ ਰਹੇ ਕਿ ਸਾਡੇ ਇੱਕ ਜੇਈ ਲਿਖ ਉਹਦੇ ਜੇਈ ਹੁੰਦੇ, ਮੈਨੂੰ 4-5 ਸਾਲ ਕਹੀ ਗਏ ਸਾਡੇ ਇੱਕ ਜੇਈ ਲਿਖਦੇ ਨੇ। ਮੈਂ ਕਿਹਾ ਤੂੰ ਹੌਲਾ ਹੌਲਾ ਬਣ ਜਾ, ਲਿਆ ਕੇ ਮੇਰੇ ਕੋਲੇ ਧਰ ਦੇਗਾ। ਮੈਂ ਜੇਈ ਸਾਹਿਬ ਨੂੰ, ਮੈਂ ਕਿਹਾ ਬਹੁਤ ਜੇਈ ਲਿਖਦੇ ਨੇ ਵੀ ਤੂੰ ਛੱਡ, ਮੈਂ ਆਪਾਂ ਨੇ ਨਹੀਂ ਨਹੀਂ ਉਹਨਾਂ ਨਾਲ ਆਪਾਂ ਸੰਪਰਕ ਚ ਨਹੀਂ ਆਉਣਾ, ਹਲਕਾ ਫੁਲਕਾ ਧਰ ਦੇਣਗੇ, ਮੈਂ ਤਾਂ ਗਾਇਆ ਨਹੀਂ ਜਾਣਾ, ਕੀ ਕਰਾਂਗੇ, ਮਜਬੂਰੀ ਹੋ ਤੂੰ ਗਾਉਣਾ ਪੈਣਾ। ਫਕੀਰ ਜੀ ਮੇਰੇ ਉਸਤਾਦ ਜੋਰਾ ਸਿੰਘ ਬਾਸੀ ਅਰਕ, ਥੋੜੀ ਜਿਹੀ ਉਮਰ ਢਾਲ ਹੋਈ ਤੇ ਮੈਨੂੰ ਦਿਮਾਗ ਸੋਚਿਆ ਕਿ ਹੁਣ ਆਪਾਂ ਨੂੰ ਲੋੜ ਪਊਗੀ ਇੱਕ ਲਿਖਾਰੀ ਦੀ। ਅੱਛਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਲਿਆ ਆਪਣੇ ਜੇਈ ਸਾਹਿਬ ਨੂੰ ਦੇਖੀਏ। ਵੈਸੇ ਚਲੋ ਜੋ ਮਰਜ਼ੀ ਕਹੋ, ਅਸੀਂ ਏਦਾਂ ਹੀ ਇਸੇ ਮੰਜੇ ਤੇ ਇੱਥੇ ਬੈਠੇ ਰਹੇ। ਮੇਰੇ ਕੋਲ 6 ਦੀ ਗੱਲ ਹੈ, 2006 ਦੀ, ਤੇ ਮੇਰੇ ਕੋਲ ਆ ਕੇ ਏਦਾਂ ਬਹਿ ਗਏ। ਦੇਖੋ ਮੈਨੂੰ ਜ਼ਿਆਦਾਤਰ, ਮੈਂ ਜ਼ਿਆਦਾਤਰ ਸਿੱਖ ਇਤਿਹਾਸ ਗਾਉਂਦਾ ਸੀ ਕਵੀਸ਼ਰੀ 'ਚ। ਵੈਸੇ ਮੈਂ ਸਾਰੇ ਪ੍ਰੋਗਰਾਮ ਮੰਦਰਾਂ ਦੇ ਸਾਰੇ ਪ੍ਰੋਗਰਾਮ ਕਰਦਾ, ਜ਼ਿਆਦਾਤਰ ਮੈਂ ਸਿੱਖ ਇਤਿਹਾਸ ਗਾਉਂਦਾ ਸੀ। ਮੈਂ ਇਹਨਾਂ ਦਾ ਚਿਹਰਾ ਦੇਖਿਆ ਜਦੋਂ, ਮੈਂ ਕਿਹਾ ਵੀ ਤੁਹਾਨੂੰ ਬਿਲਕੁਲ ਸੱਚੀ ਗੱਲ ਦੱਸਦਾ, ਮੈਂ ਕਿਹਾ ਮੈਨੂੰ ਵੀ ਬੰਦਾ ਕਾਮਰੇਡ ਨਾ ਕਰਾਤਾ, ਮੇਰਾ ਨੀ ਇਹ ਪੂਰਾ ਕਰ ਸਕਦੇ ਘਰ। ਅਸੀਂ ਬੈਠੇ ਰਹੇ, ਗੱਲਾਂ ਕਰੀ ਗਏ, ਮੈਨੂੰ ਡਰ ਲੱਗੀ ਗਿਆ ਵੀ ਹੁਣ ਵੀ ਮੈਨੂੰ ਕਹਿਣਗੇ ਕੀ ਲਿਖੀਏ ਕੀ ਕਰੀਏ, ਵੀ ਉਹ ਮੇਰੇ ਕੋਲੋਂ ਚਲੇ ਜਾਣ, ਚੰਗੀ ਗੱਲ ਹੈ। ਅਖੀਰੇ ਮੈਨੂੰ ਕਹਿੰਦੇ ਵੀ ਬੜਬੀਰ ਕੀ ਕਰੀਏ ਕੀ ਲਿਖੀਏ, ਮੈਂ ਕਿਹਾ ਚੱਲ ਵੀ ਹੁਣ ਗਲੋਂ ਤਾਂ ਲਾਉਣੇ ਪੈਣਗੇ ਨਾ, ਤੇ ਮੈਂ ਗਲੋਂ ਲਾਉਣ ਦੇ ਮਾਰੇ ਮੈਂ ਕਿਹਾ ਨਾ ਇਹਨਾਂ ਤੇ ਕੁਛ ਲਿਖਿਆ ਜਾਣੇ ਨਾ ਆਪਾਂ ਨੇ ਗਾਉਣਾ, ਮੈਂ ਕਿਹਾ ਯਾਰ ਚੱਲ ਤੂੰ ਬਾਈ ਜਿਉਣਾ ਮੋਡ ਲਿਖ ਲੈ, ਮੈਂ ਕਿਹਾ ਚੱਲ ਨਾ ਆਪਾਂ ਨੇ ਜਿਉਣਾ ਮੋਡ ਗਾਉਣਾ ਨਾ ਇਹਨਾਂ ਤੋਂ ਲਿਖਿਆ ਜਾਣਾ, ਤੇ ਮੈਂ ਕਿਹਾ ਚੱਲ ਤੂੰ ਜਿਉਣਾ ਮੋਡ ਲੈ। ਇਹਨਾਂ ਨੇ ਜਿਉਣਾ ਮੋਡ ਲਿਖਿਆ, ਦਾਇਰੇ 'ਚ ਆਏ, ਤੇ ਮੈਂ ਇਹਨਾਂ ਦੀ, ਇਹਨੇ 5-7 ਕਵਿਤਾ ਮੇਰੇ ਕੋਲ ਲਿਆਂਦੀ ਹਫ਼ਤੇ 'ਚ, ਮੈਂ ਇਹਨਾਂ ਦੀਆਂ ਕੱਟ ਕੇ, ਮੈਂ ਕਿਹਾ ਯਾਰ ਬਣੀਆਂ ਨਹੀਂ ਹਾਲੇ ਇਹਨਾਂ 'ਚ। ਮੈਂ ਇੱਕ ਇਹ ਮੈਂ ਵਾਅਦੇ ਨਾ ਕਹਿਣਾ, ਇੱਕ ਮੈਂ ਚੀਜ਼ ਦੇਖੀ ਹੈ, ਜੇ ਤੁਸੀਂ ਇਹਨਾਂ ਦੀ ਕੋਈ ਵੀ ਕਵਿਤਾ, ਤੇ ਮੈਂ ਲਿਖਦਾ ਨਹੀਂ ਹੈਗਾ, ਬਹੁਤ ਥੋੜ੍ਹਾ ਲਿਖਦਾ, ਇਹ ਲਿਖਦੇ ਨੇ ਸਾਰਾ ਮੈਂ ਗਾਉਣਾ, ਇਹ ਜੇ ਕਵਿਤਾ ਲਿਖ ਕੇ ਮੇਰੇ ਕੋਲ ਲੈ ਆਉਂਦੇ ਨੇ, ਜੇ ਮੈਂ ਇਹਨਾਂ ਨੂੰ ਇੱਕ ਵਾਰੀ ਕਹਿ ਦਾ ਬਾਈ ਬਣੀ ਨਹੀਂ ਕਵਿਤਾ, ਇਹਨਾਂ ਦੇ ਮੱਥੇ 'ਤੇ ਕਦੇ ਤਿਉੜੀ ਨਹੀਂ ਪਈ ਹੈਗੀ ਵੀ ਯਾਰ ਮੇਰੇ ਲਿਖੇ ਹੋਏ ਨੂੰ ਇਹਨਾਂ ਨੇ ਏਦਾਂ ਹੀ ਕਹਿਤਾ ਵੀ ਵਧੀਆ ਨਹੀਂ, ਇਹ ਕਹਿ ਦਿੰਦੇ ਨੇ ਬਿਲਕੁਲ ਨਹੀਂ, ਫਿਰ ਲਿਖਦੇ ਨੇ। ਜੇ ਮੈਂ 4 ਵਾਰੀ ਵੀ ਕਹਿਤਾ ਤਾਂ ਇਹਨਾਂ ਨੇ 5ਵੀਂ ਵਾਰੀ ਵੀ ਕਵਿਤਾ ਮੇਰੇ ਗਾਉਣ ਵਾਲੀ ਲਿਆ ਕੇ ਮੇਰੇ ਕੋਲ ਰੱਖੀ। ਚਲੋ ਇਹਨਾਂ ਨੇ ਲਿਖਿਆ ਤੇ ਮੈਨੂੰ ਚੰਗਾ ਲੱਗੇ ਸੀ, ਗਾਉਂਦੇ ਰਹੇ, ਤੇ ਫਿਰ ਹੌਲੀ ਹੌਲੀ ਮੈਂ ਇਹਨਾਂ ਨੂੰ ਸਿੱਖ ਇਤਿਹਾਸ 'ਚ ਲਿਆਂਦਾ। ਇਹਨਾਂ ਨੇ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਲਿਖਿਆ, ਬੀਬੀ ਸੂਰਤੀ ਲਿਖੀ, ਤੇ ਸਾਕਾ ਨਨਕਾਣਾ ਲਿਖਿਆ, ਜੀਵਨ ਸਿੰਘ ਲਿਖ ਰਹੇ ਨੇ ਅੱਜ ਕੱਲ੍ਹ, ਬੜਾ ਸਿੱਖ ਇਤਿਹਾਸ ਲਿਖਿਆ, ਪਰ ਮੈਂ ਮੱਸਾ ਲਿਖਿਆ, ਪਰ ਮੈਂ ਇਕੱਲੀ ਇਕੱਲੇ, ਮੈਂ ਇਹਨਾਂ ਦੇ ਇੱਕ ਇੱਕ ਸ਼ਬਦ ਨੂੰ ਮੈਂ ਨੇੜੇ ਹੋ ਕੇ ਸਮਝਿਆ ਵੀ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਮੈਂ ਕਿਸੇ ਸਟੇਜ 'ਤੇ ਬੋਲਦਾ, ਮੈਨੂੰ ਮਾਣ ਮਹਿਸੂਸ ਹੁੰਦਾ ਕਿ ਬਾਈ ਹਰਪਾਲ ਜੀ ਦਾ ਲਿਖਿਆ। ਕਈ ਵਾਰੀ ਮੈਨੂੰ ਲੋਕਾਂ ਨੇ ਬੁਲਾ ਕੇ ਬਾਈ ਹਰਪਾਲ ਜੀ ਦੇ ਦਰਸ਼ਨ ਤਾਂ ਕਰਾਓ ਸਾਨੂੰ, ਕਿਹੜੇ ਨੇ ਹਰਪਾਲ ਜੀ, ਮਤਲਬ ਮੈਂ ਨਾਲ ਵੀ ਸਾਡੇ ਚਲੇ ਜਾਂਦੇ ਨੇ ਕਾਫੀ। ਤੇ ਮੈਂ ਇਸ ਵੇਲੇ ਚਾਹੂੰਗੀ ਕਿ ਤੁਸੀਂ ਮੇਵਾ ਸਿੰਘ ਜੀ ਨੂੰ ਹੁਕਮ ਲਾਓ ਕੁਛ ਸੁਣਾਉਣ ਵਾਸਤੇ, ਕੀ ਸੁਣਾਉਣ? ਹੁਕਮ ਤਾਂ ਗੱਲ ਇਹ ਆ ਮੈਡਮ, ਇਹ ਮੇਰੇ ਤੋਂ ਵੱਡੇ ਨੇ, ਮੈਂ ਇਹਨਾਂ ਨੂੰ ਹੁਕਮ ਤਾਂ ਨਹੀਂ ਕਰ ਸਕਦਾ, ਤੇ ਬੇਨਤੀ ਵੀ ਨਹੀਂ ਮੈਂ ਬਾਲੀ ਕਰਦਾ। ਇੱਕ ਇੰਟਰਮੀਡੀਏਟ ਬਚਾਲ ਦਾ ਰਾਜਾ ਹੁੰਦਾ ਜਦ, ਵੀ ਚੱਲ ਜਾ ਸੁਣਾ ਦੇ ਕੋਈ ਗੱਲ ਨਹੀਂ ਕੁਛ। ਮੈਂ ਤੁਹਾਨੂੰ ਇਹਨਾਂ ਨੇ ਸੁੱਚੇ ਦੀ ਗੱਲ ਕਰੀ, ਮੈਂ ਸੁੱਚੇ ਦੀ ਸਾਡੀਆਂ ਲੋਕ ਕਿਤਾਬਾਂ ਨੇ, ਤੇ ਜਦੋਂ ਸੁੱਚਾ ਦਾ ਭਰਤੀ ਹੋ ਗਿਆ ਆਪਣੇ ਫੌਜ 'ਚ ਕਰਾਇਆ ਤਾਂ ਕੁੱਕਰ ਜੀ ਨੇ, ਤੇ ਫਿਰ ਅਕਸਰ ਜੀ ਕਹਿੰਦੇ ਕਹਿੰਦੇ ਯਾਰ ਉਹਨੂੰ ਕੁੱਕਰ ਦਾ ਬਾਲਾ ਖਰਾਬ ਹੁੰਦਾ ਸੀ ਕੁੱਕਰ ਨੇ, ਚਲੋ। ਤੇ ਉਸ ਤੋਂ ਬਾਅਦ ਫਿਰ ਜੋ ਹਾਲਾਤ ਬਣੇ ਸਾਡੇ ਸਾਰੇ ਪੰਜਾਬ ਨੂੰ ਪਤਾ ਹੈ, ਉਹਦੇ ਘਰ ਦੀ ਬਰਬਾਦੀ ਹੋਈ ਵੀਰੋ ਕੋਲੇ, ਤੇ ਆਉਂਦਾ ਜਾਂਦਾ ਰਿਹਾ, ਤੇ ਨਰਾਇਣ ਸਿੰਘ ਨੂੰ ਵਿਆਹੀ ਹੋਈ ਸੀ ਵੀਰੋ, ਤੇ ਇੱਕ ਵੀਰੋ ਨੂੰ ਨਰਾਇਣ ਸਿੰਘ ਨੇ ਬਹੁਤ ਵਾਰੀ ਕਿਹਾ ਕਿ ਵੀਰੋ ਇਹ ਗੱਲਾਂ ਚੰਗੀਆਂ ਨਹੀਂ, ਪਿੰਡ 'ਚ ਰਹਿ ਕੇ ਬੜੀ ਬੇਇੱਜ਼ਤੀ ਹੁੰਦੀ, ਸਾਨੂੰ ਲੋਕ ਦੇਖ ਕੇ ਹੱਸਦੇ ਹੈ, ਮੇਰਾ ਜੀਣਾ ਦੁੱਭਰ ਹੋ ਗਿਆ, ਤੇ ਉਹ ਨਹੀਂ ਆਵਾਜ਼ ਆਈ। ਤੇ ਇੱਕ ਦਿਨ ਫਿਰ ਉਹਨੇ ਆਪਣਾ ਵਾਸਤਾ ਪਾ ਕੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਵੀਰੋ ਨੂੰ, ਵੀਰੋ ਬਰਬਾਦ ਹੋ ਜਾਂਗੇ, ਤੇ ਉਹ ਮੈਂ ਤੁਹਾਨੂੰ ਦੋਖ ਲੈਣਾ ਜੋ ਜ਼ਰੂਰ। ਹੋਏ ਆਖਦਾ ਨਰਾਇਣਾ ਵੀਰੋ ਤਾਈ ਬੋਲ ਕੇ ਗੱਲ ਕਰੂ ਸੱਚੀ ਸੁਣੀ ਕੰਨ ਖੋਲ ਕੇ, ਹੋ ਗੱਲ ਕਰੂ ਸੱਚੀ ਸੁਣੀ ਕੰਨ ਖੋਲ ਕੇ, ਬੀਤ ਗਿਆ ਜੇ ਵੇਲਾ ਪਿੱਛੋਂ ਪਛਤਾਏਗੀ, ਬਸ ਦੇ ਕਰਾਂ ਨੂੰ ਜਿੰਦਰੇ ਲਵਾਏਗੀ, ਹੋ ਬਸ ਦਿਆ ਕਰਾਂ ਨੂੰ
ਜਿੰਦ ਰਹਿ ਲਵਾਏਗੀ ਹੋ ਬੇੜੀਆਂ ਚ ਪੈਰੀਰੋ ਬੱਟੇ ਜਾਣਗੇ ਤੇਰੇ ਪਿੱਛੇ ਤਿੰਨ ਘਰ ਪੱਟੇ ਜਾਣਗੇ ਹਾਏ ਤੇਰੇ ਪਿੱਛੇ ਤਿੰਨ ਘਰ ਪੱਟੇ ਜਾਣਗੇ ਕਈ ਨਿਰਦੋਸ਼ ਕਤਲ ਕਰਾਏਗੀ ਬਸ ਦਿਆ ਕਰਾਂ ਨੂੰ ਜਿੰਦ ਰਹਿ ਲਵਾਏਗੀ ਹੋ ਬਸ ਦਿਆ ਕਰਾਂ ਨੂੰ ਜਿੰਦ ਰਹਿ ਲਵਾਏਗੀ ਲੱਗ ਜਾਵੇ ਦਾਗ ਹੋ ਲੱਗ ਜਾਵੇ ਦਾਗ ਪੱਲੇ ਕੱਖ ਰਹਿੰਦਾ ਨਹੀਂ ਫਿਰ ਬੰਦਾ ਚਾਰ ਬੰਦਿਆਂ ਚ ਬਹਿੰਦਾ ਨਹੀਂ ਹੋ ਫਿਰ ਬੰਦਾ ਚਾਰ ਬੰਦਿਆਂ ਚ ਬਹਿੰਦਾ ਨਹੀਂ ਸਾਨੂੰ ਸੱਥ ਵਿੱਚ ਬੈਠਣੋਂ ਹਟਾਏਗੀ ਬਸ ਦਿਆ ਕਰਾਂ ਨੂੰ ਜਿੰਦ ਰਹਿ ਲਵਾਏਗੀ ਹੋ ਬਸ ਦਿਆ ਕਰਾਂ ਨੂੰ ਜਿੰਦ ਰਹਿ ਲਵਾਏਗੀ ਬਹੁਤ ਮਿਹਰਬਾਨੀ ਬਹੁਤ ਬਹੁਤ ਇੱਕ ਹੁਣ ਮੈਂ ਹੋਰ ਬੇਨਤੀ ਕਰ ਦਿੰਦਾ ਤੈਨੂੰ ਜੀ ਇੱਕ ਬੇਨਤੀ ਨਾ ਜਿਹੜੇ ਮੇਰੇ ਦਿਲ ਦੀ ਆਵਾਜ਼ ਆ ਮੈਡਮ ਉਹ ਗਾਣਾ ਕਰਾਂਗੇ ਵੈਸੇ ਮੈਂ ਉਹਦੀਆਂ ਚਾਰ ਕੁ ਲਾਈਨਾਂ ਨਾ ਆਪਣੇ ਪੇਜ 'ਤੇ ਪੋਸਟ ਕੀਤੀਆਂ ਸੀ ਅਤੇ ਨਾ ਮਸਜਿਦ ਮਾੜੀ ਹੈ ਨਾ ਮਸਜਿਦ ਮਾੜੀ ਹੈ ਨਾ ਮੰਦਰ ਮਾੜਾ ਨਾ ਮਸਜਿਦ ਮਾੜੀ ਹੈ ਨਾ ਮੰਦਰ ਮਾੜਾ ਹੈ ਬੇਦਰਦੀ ਬੰਦੇ ਦਾ ਬਸ ਅੰਦਰ ਮਾੜਾ ਹੈ ਉਹਦਾ ਦੋ ਪੀਸ ਉਹ ਜ਼ਰੂਰ ਸੁਣਾ ਮੇਰੇ ਦਿਲ ਦੀ ਆਵਾਜ਼ ਆ ਬਿਲਕੁਲ ਨਾ ਮਸਜਿਦ ਮਾੜੀ ਹੈ ਨਾ ਮੰਦਰ ਮਾੜਾ ਏ ਬੇਦਰਦੀ ਬੰਦੇ ਦਾ ਬਸ ਅੰਦਰ ਮਾੜਾ ਏ ਖੁਦ ਜਨਮੇ ਨਾ ਫਿਰ ਤੈਨੂੰ ਇਹ ਰੱਬ ਸਬੱਬ ਨਹੀਂ ਜਿਸ ਦਿਲ ਵਿੱਚ ਰਹਿਮ ਨਹੀਂ ਉਹ ਦਿਲ ਵਿੱਚ ਰੱਬ ਨਹੀਂ ਜਿਸ ਦਿਲ ਵਿੱਚ ਰਹਿਮ ਨਹੀਂ ਉਸ ਦਿਲ ਵਿੱਚ ਰੱਬ ਨਹੀਂ ਹੱਥ ਮਾਲਾ ਫੇਰ ਰਿਹਾ ਪਰ ਬਗਲੀ ਛੁਰੀਆਂ ਨੇ ਉਂਝ ਅੱਖ ਸ਼ਰਬਦੀ ਐ ਪਰ ਨਜ਼ਰਾਂ ਬੁਰੀਆਂ ਨੇ ਕਰ ਡਬਲ ਰੋਲ ਨਾ ਤੂੰ ਸਿੰਗਲ ਦਾ ਚੱਜ ਨਹੀਂ ਜਿਸ ਦਿਲ ਵਿੱਚ ਰਹਿਮ ਨਹੀਂ ਉਸ ਦਿਲ ਵਿੱਚ ਰੱਬ ਨਹੀਂ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਦਿਲੋਂ ਆਪ ਸੁਣਾ ਰਹੇ ਨੇਗੇ ਅਤੇ ਅੱਜ ਕੱਲ੍ਹ ਦੇ ਵੈਸੇ ਗੁੱਸਾ ਕਰਨ ਵਾਲੀ ਗੱਲ ਨਹੀਂ ਕਈ ਵਾਰ ਜਦੋਂ ਅਸੀਂ ਅੱਜ ਦੇ ਗਾਇਕਾਂ ਨੂੰ ਬੇਨਤੀ ਕਰਦੇ ਵੀ ਕੁਛ ਗਾ ਕੇ ਸੁਣਾ ਦਿਓ ਨਾ ਉਹ ਦੋ ਕੁ ਲਾਈਨਾਂ ਗਾ ਕੇ ਜਾਪਤਾ ਜਾਂ ਪੂਰਾ ਕਰਕੇ ਚਲੇ ਜਾਂਦੇ ਨੇਗੇ ਬਾਪੂ ਜੀ ਬਹੁਤ ਮਿਹਰਬਾਨੀ ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਤੁਹਾਡੇ ਜਿਹੜੇ ਜ਼ਿੰਦਗੀ ਦੇ ਰਹਿੰਦੇ ਸਾਲ ਨੇ ਤੁਹਾਨੂੰ ਅਰੋਗ ਇਹ ਪੂਰਾ ਜੀਵਨ ਜ਼ਿੰਦਗੀ ਦੇ ਤੁਹਾਡੇ ਸਾਲ ਰਹਿਣ ਤਾਂ ਕਿ ਤੁਸੀਂ ਇੰਨੀ ਉਹ ਗੜਕਵੀਂ ਆਵਾਜ਼ ਦੇ ਨਾਲ ਗਾਉਂਦੇ ਰਹੋ ਜਿਹੜੇ ਕਹਿੰਦੇ ਨੇ ਕਿ ਸੁਣੀਏ ਕੀ ਸੁਣਨ ਨੂੰ ਹੈ ਨਹੀਂ ਗਾ ਸੋ ਉਹਨਾਂ ਦੇ ਲਈ ਤੁਸੀਂ ਕੰਟੈਂਟ ਆ ਚਾਹੇ ਫੇਸਬੁੱਕ ਹੋਵੇ ਚਾਹੇ ਯੂਟਿਊਬ ਹੋਵੇ ਜਾਂ ਫਿਰ ਸਾਡੇ ਅੱਗੇ ਟੀ ਵੀ ਚੈਨਲ ਹੋਣ ਸੋ ਉਹਨਾਂ ਦੇ ਰਾਹੀਂ ਉਹਨਾਂ ਲੋਕਾਂ ਤੱਕ ਤੁਹਾਡੇ ਜਿਹੜੇ ਗੀਤ ਨੇ ਸੁਨੇਹੇ ਵਾਲੇ ਪਹੁੰਚਦੇ ਰਹਿਣ ਤਾਂ ਕਿ ਜਿਹੜੇ ਸਾਡੇ ਵਰਗੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਨੂੰ ਸਾਨੂੰ ਅੱਗੇ ਨਹੀਂ ਰਹਿੰਦੇ ਰਹਿ ਦਿਖ ਰਿਹਾ ਗਾ ਕੋਈ ਦਿਸ਼ਾ ਹੀ ਨਹੀਂ ਲੱਭ ਰਹੀ ਹੈਗੀ ਕਿ ਸਹੀ ਕੀ ਹੈ ਗਲਤ ਕੀ ਹੈ ਸੋ ਤੁਹਾਡੇ ਗਾਣੇ ਸੁਣ ਕੇ ਅਸੀਂ ਇਹ ਤਾਂ ਵਿਚਾਰ ਕਰ ਸਕਦੇ ਹਾਂ ਕਿ ਸਹੀ ਕੀ ਆ ਅਤੇ ਗਲਤ ਕੀ ਆ ਅਤੇ ਅਸੀਂ ਜਾਣਾ ਕਿੱਧਰ ਨੂੰ ਆ ਅਤੇ ਹਰਪਾਲ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਇੰਨਾ ਚੰਗਾ ਲਿਖਦੇ ਹੋ ਪਹਿਲਾਂ ਅਸੀਂ ਤਹਿ ਦਿਲੋਂ ਦਿਲਾਂ ਦੀਆਂ ਤਹਿਾਂ ਚੋਂ ਠੀਕ ਹੈ ਨਾ ਜਿੰਨੀਆਂ ਕੁ ਫੋਲੀਆਂ ਜਾ ਸਕਦੀਆਂ ਤੁਹਾਡਾ ਧੰਨਵਾਦ ਕਰਦੇ ਹਾਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਕੀ ਮਤਲਬ ਕਿੱਦਾਂ ਕਿਹੜੇ ਲਫ਼ਜ਼ ਮੈਂ ਕਹਾਂ ਮੈਨੂੰ ਮੈਨੂੰ ਆ ਨਹੀਂ ਰਹੇ ਸਾਡੀ ਖੁਸ਼ਕਿਸਮਤੀ ਠੀਕ ਹੈ ਨਾ ਵੀ ਤੁਸੀਂ ਐਡੀ ਦੂਰ ਚੱਲ ਕੇ ਮੋਹਾਲੀ ਤੋਂ ਚੰਡੀਗੜ੍ਹ ਤੋਂ ਚੱਲ ਕੇ ਇੱਥੇ ਬੋਰਡਰ ਤੇ ਜਿੱਥੋਂ ਸਾਡਾ ਜਨਮ ਹੋਇਆ ਆਹ ਗੀਤਾਂ ਦਾ ਜਨਮ ਇਹ ਮਤਲਬ ਸਾਰਾ ਇੱਥੋਂ ਦਾ ਹੀ ਹੈ ਠੀਕ ਹੈ ਨਾ ਮਤਲਬ ਮੈਂ ਤੁਹਾਡੀ ਸੋਚ ਨੂੰ ਸਲਾਮ ਕਰਦਾ ਸਲਿਊਟ ਕਰਦਾ ਸਾਡੀ ਖੁਸ਼ਨਸੀਬੀ ਹੈ ਕਿ ਸਾਨੂੰ ਮੌਕਾ ਮਿਲਿਆ ਕਿ ਅਸੀਂ ਆਪਣੇ ਚੈਨਲ ਦੇ ਰਾਹੀਂ ਹੋ ਸਕਦਾ ਕਿ ਬਹੁਤ ਸਾਰੇ ਲੋਕੀ ਤੁਹਾਨੂੰ ਪਹਿਲਾਂ ਵੀ ਸੁਣਦੇ ਹੋਣ ਪਰ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਨਾਲ ਜੇ ਹੋਰ ਲੋਕੀ ਤੁਹਾਡੇ ਨਾਲ ਜਾਂ ਹੋਰ ਸਰੋਤੇ ਤੁਹਾਡੇ ਨਾਲ ਜੁੜ ਜਾਣਗੇ ਤਾਂ ਸਾਡੀ ਉਹ ਕਾਮਯਾਬੀ ਹੋਊਗੀ ਅਤੇ ਬਾਪੂ ਜੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗੀ ਕਿ ਤੁਸੀਂ ਸਾਂਝੇ ਤੌਰ 'ਤੇ ਇੱਕ ਸੁਨੇਹਾ ਜਿਹੜੇ ਸਾਡੇ ਯੂਥ ਨੂੰ ਜ਼ਰੂਰ ਦੇ ਕੇ ਜਾਵੋ
ਕਿਉਂਕਿ ਤੁਸੀਂ ਜ਼ਿੰਦਗੀ ਦੇਖੀ ਆ ਤੇ ਸੁਨੇਹਾ ਤਾਂ ਇਹ ਹੈ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਧੰਨਵਾਦ ਮੈਂ ਨਿਊਜ਼ ਨੰਬਰ ਦਾ ਕਰੂੰਗਾ ਜਿਨ੍ਹਾਂ ਨੇ ਮੋਹਾਲੀ ਤੋਂ ਚੱਲ ਕੇ ਸਾਡੀ ਇਸ ਮੋਟਰ 'ਤੇ ਆ ਕੇ ਡੇਰੇ ਲਾਏ ਤੁਸੀਂ ਅਤੇ ਸਾਨੂੰ ਸੁਣਨ ਦਾ ਕੁਛ ਕਹਿਣ ਦਾ ਮੌਕਾ ਦਿੱਤਾ। ਜਿਹੜੀ ਯੂਥ ਦੀ ਗੱਲ ਹੈ, ਮੈਂ ਤਾਂ ਹੁਣ ਵੀ ਕਹੂੰਗਾ, ਦੇਖੋ ਯੂਥ ਅਸੀਂ ਵੀ ਰਿਹਾ, ਹਾਂਜੀ, ਅਤੇ ਅੱਜ ਚਲੋ ਸਿਆਣੇ ਹੋ ਗਏ, ਸਭ ਨੇ ਹੋ ਜਾਣਾ ਹੁੰਦਾ, ਅਤੇ ਪਰ ਯੂਥ ਦਾ ਦਾਇਰਾ ਹੈ, ਕੋਈ ਹੱਦ ਹੁੰਦੀ ਆ ਹਰ ਇੱਕ। ਦੇਖੋ ਬੱਚੇ ਅੱਜ ਕੱਲ੍ਹ ਮਾਂ ਬਾਪ ਦੀ ਨਹੀਂ ਮੰਨਦੇ, ਅਤੇ ਕੋਈ ਕਹਿੰਦਾ ਮੈਨੂੰ, ਮੈਂ ਅਸੀਂ ਗਾਣਾ ਵੀ ਅਸੀਂ ਪਾਉਂਦੇ ਰਹਿੰਦੇ ਅਕਸਰ, ਬਿਨਾਂ ਬੁਲਟ ਤੋਂ ਮੈਂ ਨਹੀਂ ਕਾਲਜ ਕੂਲਜ ਜਾਊਂਗਾ, ਆਪਣੀ ਮਾਂ ਨੂੰ ਕਹਿੰਦਾ ਬੱਚਾ, ਅਤੇ ਕਿੰਨੀਆਂ ਕੁ ਮਜਬੂਰੀਆਂ ਹੁੰਦੀਆਂ ਨੇ ਮਾਂ ਬਾਪ ਦੀ। ਅੱਜ ਕੱਲ੍ਹ ਮਹਿੰਗਾਈ ਦੇ ਯੁੱਗ ਨੇ, ਕਿੱਥੋਂ ਲੈ ਕੇ ਦੇ ਦੇਣਗੇ ਤੁਹਾਨੂੰ ਗੱਡੀਆਂ ਟੇਡੀਆਂ ਕਾਰਾਂ, ਕਿੱਡੇ ਕਿੱਡੇ ਬੁਲਟ ਮੋਟਰਸਾਈਕਲ ਫਿਰੇ ਫਿਰਦੇ ਨੇ, ਅਤੇ ਵੀ ਆਪਣੇ ਮਾਂ ਬਾਪ ਦਾ ਖਿਆਲ ਰੱਖੋ, ਵਧੀਆ ਸੁਣੋ, ਵਧੀਆ ਪੜ੍ਹੋ, ਆਪਣੀ ਆਪਣੀ ਜੋਬ ਕਰੋ ਕੋਈ ਚੰਗੀ, ਆਪਣੀ ਜ਼ਿੰਦਗੀ ਬਣਾਓ। ਇਹ ਜਿਹੜੇ ਗਾਣੇ ਨੇ ਚੰਗੇ ਮਾੜੇ ਅਸੀਂ ਸੁਣ ਲਏ, ਡੀਜਿਆਂ 'ਤੇ ਨੱਚ ਲਏ, ਟੱਪ ਲਏ, ਕੋਈ ਖਾ ਲਿਆ ਪੀ ਲਿਆ, ਇਹ ਥੋੜ੍ਹੇ ਸਾਲਾਂ ਦੀ ਥੋੜ੍ਹੇ ਟਾਈਮ ਲਈ ਹੁੰਦੇ ਨੇ, ਜਿਹੜੀ ਸਾਡੀ ਜ਼ਿੰਦਗੀ ਹੈ ਉਹ ਬਹੁਤ ਲੰਮੀ ਹੁੰਦੀ ਹੈ, ਇੰਨੀ ਸੌਖੀ ਨਹੀਂ ਮਿਲਦੀ, ਇਹਦੀ ਕਦਰ ਕਰੋ, ਇਹਦੀ ਪਹਿਚਾਣ ਕਰੋ, ਸਿੱਖੀਆਂ ਸਾਨੂੰ ਕੀ ਕਰਨਾ ਚਾਹੀਦਾ। ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਸਰਦਾਰ ਮੇਵਾ ਸਿੰਘ ਪੁਰੀ ਅਤੇ ਹਰਪਾਲ ਸਿੰਘ ਸ਼ਿਮਲਾ ਹੋਰਾਂ ਦਾ, ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਲਈ, ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਅਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਬਾਬੇ ਹੁਣ ਦੇ ਦਿਓ ਇਜਾਜ਼ਤ, ਆਪਾਂ ਫਿਰ ਕਿਸੇ ਸੁਭਾਵ ਨਾਲ ਜ਼ਰੂਰ ਤੁਹਾਡੇ ਪਿੰਡ ਆਵਾਂਗੇ ਅਤੇ ਫਿਰ ਤੁਹਾਡੇ ਨਾਲ ਦੁਬਾਰਾ ਗੱਲਾਂ ਕਰਕੇ ਜ਼ਰੂਰ ਜੀ ਜ਼ਰੂਰ।